सतनाम श्री वाहिगुरु साहिब जीओ तेरे कवन कवन गुण कह कह गावा तू साहिब गुणी निधाना तुमरी महिमा वर्ण न साको तू ठाकुर ऊच भगवाना सो कहो टल गुर सेवी है अहनस सहज सुभाए दर्शन परसै गुरु कै जन्म मरण दुख जाए होवै सिफत खसम दी नूर अरसोह कुरसोह झटी है तुद डिठे सच्चे पात साह मल जन्म जन्म दी कटी है सतनाम श्री वाहिगुरु साहिब जीओ सोरठ महला पंजवा घर दूजा अष्टपदिया एक ओंकार सतगुर प्रसाद पाठ पढ़ियो अर वेद विचारियो निवल भुअंगम साधे पंच जनास्यो संग न छुटक्यो अधिक अहम बुद्ध भादे प्यारे इन बिद मिलन न जाई मैं किए कर्म अनेका हार पर्यो स्वामी कै द्वारे दीजे बुद्ध विवेका हार पर्यो स्वामी कै द्वारे दीजे बुद्ध विवेका वाहिगुरु जी का खालसा वाहिगुरु जी की फतेह। ज्योत रूप हर आप गुरु नानक कहायो तात अंगद पयो तत स्यों तत मिलायो अंगद कृपा तार अमर सतगुर सिर कियो अमरदास अमृत शतर गुर राम हिंदियो गुर रामदास दर्शन परस कह मथुरा अमृत बैण मूर्त पंच परवान पुरख गुर अर्जन देखो नैण उमरी महिमा अपरे अपारा जाका लहो न किन्हु पारा देव देव राजन के राजा दीन दयाल गरीब नवाजा कहां बुद्ध प्रभु तुच्छ हमारी वर्ण सके महिमा जो तिहारी हमना सगत कर सिहत तुम्हारी आप ले हो तुम कथा सुधारी ओ कहो टल गुरु सेवी है अहनिस सहज सुभाए दर्शन परसे है गुरु के जन्म मरण दुख जाए दर्शन परसे है गुरु के जन्म मरण दुख जाए वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ सोरठ महला पंजवा घर दूजा अष्टपदिया वाहिगुरु जी का खालसा वाहिगुरु जी की फतेह। परम सत्कारयोग गुरु साहिब जी दी साजी नवाजी गुरु स्वरूप गुरु खालसा सतसंग जीओ आप सरबत संतां गुरु नानक दे पावन दरबार विच सुशोभित हो जिथे अमृत वेले तो ही नाम बाणी दा प्रवाह चल रहा है भावें ओ प्रवाह नितनेम दीआं बाणीआं दे रूप विच चलिया और भावें गुरमंत्र वाहिगुरु दे नाम अभ्यास द्वारा चलिया
ਜਾਂ ਫਿਰ ਆਸਾ ਜੀ ਦੀ ਵਾਰ ਦਾ ਕੀਰਤਨ ਜੋ ਹੁਣੇ ਹੁਣ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨ ਕਰਕੇ ਗਏ ਹੈ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਜੋ ਪਾਵਨ ਮੁੱਖ ਵਾਕ ਆਇਆ ਹੈ ਉਸ ਦੀ ਵਿਚਾਰ ਦਾ ਸਮਾਂ ਹੈ। 641 ਅੰਗ ਦੇ ਉੱਤੇ 60 ਰਾਗਣੀ ਹੈ। ਇਹ ਜਿਸ ਪ੍ਰਕਾਰ ਇਸ ਰਾਗਣੀ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਇਹ ਮੇਘ ਰਾਗ ਦੀ ਰਾਗਣੀ ਮੰਨੀ ਹੈ। ਰਾਗ ਦੀ ਪੱਧਤੀ ਅਨੁਸਾਰ 60 ਰਾਗਣੀ ਹੈ। ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਮਹਾਰਾਜ ਹਨ। ਰਾਗ ਦੇ ਦੂਸਰੇ ਸੁਰਤਾਲ ਵਿੱਚ 8 ਪਦਾਂ ਵਾਲਾ ਸ਼ਬਦ ਹੋਣ ਕਰਕੇ ਇਹਦਾ ਨਾਮ ਅਸ਼ਟਪਦੀ ਹੈ। ਇਹਦੇ 8 ਪਦ ਹਨ। ਇਸ ਤੋਂ ਅੱਗੇ ਵਸਤੂ ਨਿਰਦੇਸ਼ਕ ਮੰਗਲ ਕੀਤਾ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 4 ਪ੍ਰਕਾਰ ਦੇ ਮੰਗਲ ਵਰਤੇ। ਸਭ ਤੋਂ ਵੱਧ ਵਾਰੀ ਆਉਣ ਵਾਲਾ ਜਿਹੜਾ ਮੰਗਲ ਹੈ ਉਹ ਇਹੀ ਹੈ। 524 ਵਾਰ ਵੱਖਰੇ ਵੱਖਰੇ ਅਸਥਾਨਾਂ 'ਤੇ ਇਹ ਪਦ ਆਉਂਦਾ ਹੈ ਅਤੇ ਕਈ ਗ੍ਰੰਥਾਂ ਦੇ ਵਿੱਚ ਇਸ ਨੂੰ 522 ਵਾਰ ਲਿਖਿਆ ਹੋਇਆ ਹੈ। ਉੱਥੇ ਗਿਣਤੀ ਦੇ 'ਚ ਫਰਕ ਹੋਏ, ਨਿਸ਼ਚੇ ਦੇ ਨਾਲ ਇਹ ਗਿਣਤੀ ਜਿਹੜੀ ਹੈ ਕਈ ਵਾਰ ਦਾਸਾਂ ਨੇ ਕੀਤੀ ਹੈ, ਔਰ ਕੰਪਿਊਟਰ ਦੇ ਮਾਹਰ ਸੀ ਜਿਹੜੀ ਉਹਨਾਂ ਦੇ ਨਾਲੋਂ ਵੀ ਇਹ ਸਹਾਇਤਾ ਲੈ ਕਰਕੇ ਇਹੀ ਨਿਸ਼ਚੇ ਹੋਇਆ ਵੀ 524 ਵਾਰ ਜਿੱਥੇ ਜਿੱਥੇ ਆਈ ਆ ਉਹਦੀ ਫਿਰ ਅੰਕੜੇ ਕੇ ਲਿਸਟ ਬਣਾ ਕੇ ਕੀ ਦਿੱਤੀ। ਦੂਸਰੇ ਨੰਬਰ 'ਤੇ ਜਿਹੜਾ ਮੰਗਲ ਹੈ ਇਦੋਂ ਦੂਜੇ ਨੰਬਰ 'ਤੇ ਆਉਂਦਾ, ਉਹ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ। ਇਹ ਮੰਗਲ ਹੈ ਜਿਹੜਾ ਇਹ ਆਉਂਦਾ 33 ਵਾਰ, ਅਸਲ ਦੇ 32 ਵਾਰ ਹੈ, 33 ਵਾਰ ਨਹੀਂ। 33 ਵਾਰ ਵਿਦਵਾਨ ਤਾਂ ਮੰਨਦੇ ਹੈ ਵੀ ਮੂਲ ਮੰਤਰ ਵਾਲੇ ਨੂੰ ਉਹਦੇ ਵਿੱਚ ਜੋੜ ਲੈਂਦੇ, ਇਹ 33 ਬਣ ਜਾਂਦੇ। ਜੇ ਮੂਲ ਮੰਤਰ ਵਾਲਾ ਵੱਖਰਾ ਰੱਖੀਏ ਤਾਂ ਫਿਰ ਭਾਈ 32 ਵਾਰ। ਇਸ ਤੋਂ ਬਾਅਦ ਅੱਗੇ ਜਿਹੜਾ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ ਆਉਂਦਾ 9 ਵਾਰ। ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ 2 ਵਾਰ ਹੁੰਦਾ, ਇਹ ਉਹ 567 ਵਾਰ ਮੰਗਲ ਆਉਂਦੇ ਹੈ। ਮੂਲ ਮੰਤਰ ਵਾਲੇ ਨੂੰ ਜੋੜ ਕੇ 568 ਵਾਰ ਇਹਨਾਂ ਨੂੰ ਮੰਨਿਆ ਜਾਂਦਾ, ਅਤੇ ਮੂਲ ਮੰਤਰ ਕੇਵਲ 1 ਵਾਰੀ ਆਉਂਦਾ। ਇਸ ਕਰਕੇ ਹੈ ਜਦੋਂ ਮੰਗਲਾਂ ਦਾ ਭੇਦ ਸਮਝ ਲਈਏ ਸਾਡੀ ਕੌਮ ਦੇ ਵਿੱਚੋਂ ਮੂਲ ਮੰਤਰ ਦਾ ਵਿਵਾਦ ਵੀ ਖਤਮ ਹੋ ਸਕਦਾ। ਅੱਜ ਦਾ ਇਹ ਵਿਸ਼ਾ ਨਹੀਂ ਕਿ ਮੈਂ ਮੂਲ ਮੰਤਰ ਬਾਰੇ ਆਪ ਜੀ ਨਾਲ ਗੱਲ ਕਰਾਂ, ਪਰ ਇੰਨਾ ਹੀ ਕਾਫੀ ਹੋਏਗਾ ਕਿ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰ ਨਾਨਕ ਹੋਸੀ ਪੀ ਸਚ ਤੱਕਣੇ। ਇਹਦਾ ਕਿਸੇ ਨੇ ਪਰੂਫ ਲੈਣਾ ਹੋਵੇ ਤਾਂ ਦਾਸਾਂ ਕੋਲੋਂ ਲੈ ਸਕਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੂਲ ਮੰਤਰ ਨਾਨਕ ਹੋਸੀ ਪੀ ਸਚ ਤੱਕ ਮੰਨਿਆ, ਇਹਦਾ ਕਿਸੇ ਨੂੰ ਸ਼ੰਕਾ ਹੋਵੇ ਤਾਂ ਦਾਸ ਨਾਲ ਗੱਲ ਕਰ ਸਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਮੂਲ ਮੰਤਰ ਨਾਨਕ ਹੋਸੀ ਪੀ ਸਚ ਤੱਕ ਮੰਨਿਆ, ਇਹਦਾ ਵੀ ਉੱਤਰ ਦਾਸ ਦੇ ਕੋਲੋਂ ਲਿਆ ਜਾ ਸਕਦਾ ਜੇ ਕਿਸੇ ਨੂੰ ਸ਼ੰਕਾ ਹੋਵੇ। ਅਤੇ ਇਸ ਤੋਂ ਇਲਾਵਾ ਲਗਭਗ 17 ਪ੍ਰਮਾਣ ਹੋਰ ਵੀ ਹੈ, ਉਹ ਹੈ ਜੇ ਮੂਲ ਮੰਤਰ ਦੇ ਵਿਸ਼ੇ 'ਤੇ ਗੱਲ ਕਰਨੀ, ਅਤੇ ਗੁਰੂ ਗੋਬਿੰਦ ਸਿੰਘ ਨੇ ਕਿੱਥੇ ਮੰਨਿਆ, ਗੁਰੂ ਨਾਨਕ ਨੇ ਕਿੱਥੇ ਮੰਨਿਆ, ਭਾਈ ਗੁਰਦਾਸ ਨੇ ਕਿੱਥੇ ਮੰਨਿਆ, ਸਾਡੀ ਅਕਲ ਕੀ ਕਹਿ ਰਹੀ ਹੈ, ਇਹ ਵਾਹਿਗੁਰੂ ਜਾਣੇ। ਅਤੇ ਇਹ ਸੀ ਮੰਗਲ। ਮੰਗਲ ਜਿਹੜਾ ਹੈ ਇਹਦੇ ਵਿੱਚ 4 ਪ੍ਰਕਾਰ ਦਾ ਮੰਗਲ ਗੁਰੂ ਸਾਹਿਬ ਨੇ ਮੰਨਿਆ। ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਕੇਵਲ 3 ਵਾਰੀ ਜਿਹੜਾ 3 ਮੰਗਲ ਮੰਨੇ। ਸੰਸਕ੍ਰਿਤ ਦੇ ਗ੍ਰੰਥਾਂ ਦੇ ਕਰਤਾ ਕਹਿੰਦੇ ਨੇ ਵੀ ਮੰਗਲ ਹੈ ਜੀ ਵੇਦ ਦੇ ਵਿੱਚ 3 ਪ੍ਰਕਾਰ ਦਾ ਹੈ। ਇੱਕ ਤਾਂ ਵਸਤੂ ਨਿਰਦੇਸ਼ਕ ਮੰਗਲ, ਇੱਕ ਨਮਸਕਾਰ ਆਤਮਕ ਮੰਗਲ ਹੈ, ਅਤੇ ਇਹਨਾਂ ਦੇ ਵੱਖਰੇ ਵੱਖਰੇ ਭੇਦ ਹੁੰਦੇ। ਇੱਕ ਆਸ਼ੀਰਵਾਦ ਆਤਮਕ,
ਤੇ ਜਦੋਂ ਗੁਰੂ ਘਰ ਦੇ ਬੇਤਿਆਂ ਨੇ ਮੰਗਲਾਂ ਦੀ ਗੱਲ ਖੋਲ੍ਹੀ ਹੈ ਤਾਂ ਬੇਦਾਂ ਦੇ ਵਕਤਿਆਂ ਨੂੰ ਮਾਤ ਪਾ ਦਿੱਤਾ ਕਿ ਭਾਈ ਮੰਗਲ ਤਾਂ ਚਾਰ ਤਰ੍ਹਾਂ ਦਾ ਹੁੰਦਾ, ਤੁਹਾਡੇ ਗ੍ਰੰਥਾਂ 'ਚ ਹੋਊਗਾ ਤਿੰਨ ਪ੍ਰਕਾਰ ਦਾ ਲਿਖਿਆ। ਇਹ ਦਾਸ ਵੀ ਜਦੋਂ ਸੰਥਿਆ ਕਰਦਾ ਸੀ ਮਹਾਂਪੁਰਸ਼ਾਂ ਕੋਲੋਂ ਤੇ ਉੱਥੇ ਇੱਕ ਸੰਸਕ੍ਰਿਤ ਦਾ ਬੜਾ ਭਾਰੀ ਵਿਦਵਾਨ ਜਿਹਨੇ ਡਬਲ ਐਮ ਏ ਸੰਸਕ੍ਰਿਤ ਦੀ ਕੀਤੀ ਹੋਈ, ਉਹ ਤਿੰਨ ਪ੍ਰਕਾਰ ਦਾ ਕਹਿ ਕੇ ਹਟਿਆ ਸੀ, ਸੰਤਾਂ ਨੇ ਚਾਰ ਪ੍ਰਕਾਰ ਦਾ ਸਿੱਧ ਕੀਤਾ ਕਿਉਂਕਿ ਹੈ ਹੀ ਸਿੱਧ ਹੋਇਆ। ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਇਹਦੇ ਚਾਰੇ ਮੰਗਲ ਰੋ ਵਿਚਾਰ। ਇਹਦੇ ਵਿੱਚ ਹੈ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਿੰਘ ਬ੍ਰਹਮ ਦੇ ਵਿਸ਼ੇਸ਼ਣ ਕਥਨ ਕੀਤੇ ਕਿ ਬ੍ਰਹਮ ਸਤ ਚੇਤਨ ਆਨੰਦ ਹੈ। ਇਹ ਮੰਗਲ ਕਰਕੇ ਅੱਗੇ ਮਹਾਰਾਜ ਸਾਹਿਬ ਜੀ ਅੱਠ ਪਦਾਂ ਵਾਲਾ ਸ਼ਬਦ ਉਚਾਰਨ ਕੀਤਾ ਹੈ। ਉਹਦਾ ਕਾਰਨ ਇਹ ਹੈ ਵੀ ਇੱਕ ਗੁਰਸਿੱਖ ਪ੍ਰਸ਼ਨ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਅੱਜ ਇਸ ਪੱਖ ਦਾ ਉਪਦੇਸ਼ ਦਿਓ। ਉਹ ਕਹਿੰਦਾ ਮੈਂ ਤੁਹਾਡੀ ਚਰਨ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਮੈਂ ਯੋਗ ਮਤ ਵਾਲਿਆਂ ਕੋਲ ਵੀ ਗਿਆ ਅਤੇ ਜਿਹੜੇ ਮੋਨੀ ਸਨ ਉਹਨਾਂ ਕੋਲ ਵੀ ਗਿਆ ਔਰ ਮੈਂ ਵਿਆਕਰਨ ਵੀ ਪੜ੍ਹੀ, ਛੇ ਸ਼ਾਸਤਰ ਅਤੇ ਚਾਰ ਵੇਦ ਵੀ ਅਧਿਐਨ ਕੀਤੇ ਅਤੇ ਪੱਲੇ ਕੱਖ ਵੀ ਨਹੀਂ ਪਏ। ਮੈਂ ਹਾਰ ਕੇ ਤੁਹਾਡੀ ਸ਼ਰਨ ਵਿੱਚ ਆ। ਮਹਾਰਾਜ ਸਾਹਿਬ ਨੂੰ ਪੁੱਛਦੇ ਕੀ ਪੜ੍ਹਿਆ ਤੈਂ, ਅਤੇ ਪਹਿਲੀ ਪੰਕਤੀ 'ਚ ਜਗਿਆਸੂ ਮੁੱਖ ਦੁਆਰਾ ਸਿੱਖ ਪ੍ਰਸ਼ਨ ਦੁਆਰਾ ਪੰਕਤੀ 'ਚ ਆਪ ਉਚਾਰਨ ਕਰਨਗੇ ਵੀ ਸਿੱਖ ਨੇ ਇਉਂ ਕਿਹਾ। ਉਸ ਤੋਂ ਬਾਅਦ ਜਦੋਂ ਉਪਦੇਸ਼ ਦੇਣਗੇ ਮਹਾਰਾਜ ਕਹਿੰਦੇ ਸੀਗਾ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨੇ ਸਾਧਨ ਜਿਹੜੇ ਕਰ ਕਰਕੇ ਥੱਕ ਗਏ ਨੇ, ਵਾਹਿਗੁਰੂ ਨਹੀਂ ਮਿਲਦਾ ਇਸ ਤਰ੍ਹਾਂ। ਇਸ ਵਾਰ ਤੁਹਾਨੂੰ ਮਹਾਰਾਜ ਸਾਹਿਬ ਨੇ ਬੜੇ ਸਰਲ ਸ਼ਬਦਾਂ ਦੇ ਅੰਦਰ ਅਤੇ ਗੂੜ ਸਿਧਾਂਤ ਕਥਨ ਆਓ ਜਿਸ ਪ੍ਰਕਾਰ ਫਰਮਾਨ ਕਰਦੇ ਨੇ ਸੁਣੋ ਜੀ। ਪਾਠ ਪੜਿਓ ਅਰ ਵੇਦ ਵਿਚਾਰਿਓ। ਕਹਿੰਦਾ ਜੀ ਕੋਈ ਨਹੀਂ ਆ ਪਾਠ ਕਿਹੜੇ, ਅਸੀਂ ਇੱਥੇ ਪਾਠ ਦਾ ਭਾਵ ਸਮਝਣਾ ਹੈ ਇਹ ਨੌ ਪ੍ਰਕਾਰ ਦੀ ਵਿਆਕਰਨ। ਇਹ ਨੌ ਪ੍ਰਕਾਰ ਦੀ ਜਿਹੜੀ ਵਿਆਕਰਨ ਹੈ ਇਹਦੇ ਚੋਂ ਮੁੱਖ ਵਿਆਕਰਨ ਹੈ ਪਾਣਨੀ ਰਿਸ਼ੀ ਦੀ, ਅਤੇ ਪਾਣਨੀ ਰਿਸ਼ੀ ਦੀ ਵਿਆਕਰਨ ਤੋਂ ਸੇਧ ਲੈ ਕੇ ਸਾਰਸੁਤ ਜਿਹੜੀ ਵਿਆਕਰਨ ਹੈ ਉਹ ਵੀ ਬੜੀ ਮਸ਼ਹੂਰ ਹੈ। ਵਿਆਕਰਨ ਦਾ ਕੋਈ ਖੰਡਨ ਨਹੀਂ ਪਰ ਇੱਕ ਗੱਲ ਜ਼ਰੂਰ ਸਮਝਣ ਵਾਲੀ ਆ ਵੀ ਵਿਆਕਰਨ ਜੀਵ ਕਿਰਤ ਹੈ, ਇਹ ਬੰਦੇ ਦੀ ਬਣਾਈ ਹੋਈ ਹੈ। ਪਾਣਨੀ ਰਿਸ਼ੀ ਬੰਦਾ ਹੀ ਸੀ, ਕੋਈ ਅਵਤਾਰ ਨਹੀਂ ਸੀ ਉਹ, ਬਲਕਿ ਜੇ ਹੋਰ ਗਹਿਰਾਈ ਤੱਕ ਜਾਓਗੇ ਤਾਂ ਮਰ ਕੇ ਪ੍ਰੇਤ ਬਣੇ ਹੋਏ ਦਾ ਆਧਾਰ ਗੁਰੂ ਨਾਨਕ ਨੇ ਕੀਤਾ ਸੀ ਉਸਦਾ। ਇਸ ਕਰਕੇ ਵਿਆਕਰਨ ਜਿਹੜੀ ਹੈ ਕੁਝ ਪੁਰਾਣੇ ਗ੍ਰੰਥਾਂ ਦੇ ਵਿੱਚ ਹਵਾਲੇ ਮਿਲਦੇ ਆ। ਇਹ ਹਵਾਲਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਵਿਦਵਾਨ ਨੇ ਵਿਚਾਰ ਕਰਦੇ ਹੋਏ ਦੱਸਿਆ ਸੀ ਵੀ ਫਲਾਣੇ ਥਾਂ 'ਤੇ ਲਿਖਿਆ ਹੋਇਆ। ਮੈਂ ਉਦੋਂ ਪਹਿਲਾਂ ਕਹਿ ਕੇ ਹਟਿਆ ਸੀ। ਇੱਕ ਡਾਕਟਰ ਸਾਹਿਬ ਨੂੰ ਉਸ ਗੱਲ 'ਤੇ 45 ਮਿੰਟ ਦਾ ਲੈਕਚਰ ਸੀ, ਜਿਹੜਾ ਉੱਥੇ ਤਾਂ ਲੈਕਚਰ ਹੀ ਕਹਿੰਦੇ ਆ, ਹੁਣ ਆਪਾਂ ਇੱਥੇ ਤਾਂ ਜਿਹੜੀ ਆ ਕਥਾ ਵਾਰਤਾ ਹੈ ਇੱਕ ਇੱਕ ਵਿਸ਼ੇ 'ਤੇ ਬੋਲਣਾ ਹੁੰਦਾ ਹੈ। ਉਹ 45 ਮਿੰਟ ਦਾ ਲੈਕਚਰ ਸੀ ਜਿਹੜਾ ਮੇਰਾ ਸੀ, ਉਹਦੇ ਵਿੱਚ ਲਗਭਗ 8 ਉਹ ਵਿਦਵਾਨ ਬੈਠੇ ਸੀ ਜਿਹੜੇ ਸਾਡੀ ਕੌਮ ਦੇ ਚੋਟੀ ਦੇ ਵਿਦਵਾਨ ਨੇ, ਜਿਨ੍ਹਾਂ ਨੇ PhD ਤੋਂ ਘੱਟ ਕੋਈ ਵਿਦਵਾਨ ਨਹੀਂ ਸੀ। ਹੁਣ ਉੱਥੇ ਜਿਹੜੀ ਗੱਲ ਕਰਨੀ ਹੈ ਭਾਈ, ਉੱਥੇ ਤਾਂ ਫਿਰ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ ਸਾਰੀ। ਉੱਥੇ ਵਿਆਕਰਨ 'ਤੇ ਕੁਝ ਗੱਲ ਇੱਕ ਡਾਕਟਰ ਸਾਹਿਬ ਨੂੰ ਤਕਲੀਫ ਹੋਈ ਤਾਂ ਉਹ ਬਾਅਦ 'ਚ ਕਹਿਣ ਲੱਗੇ ਜੀ ਇਹ ਕੈਸੀ ਗੱਲ ਹੈ, ਉਹ ਵਿਆਕਰਨ 'ਤੇ ਬੋਲ ਕੇ ਹਟਿਆ ਸੀ। ਉਹ ਫਿਰ ਡਾਕਟਰ ਸਾਹਿਬ ਨੇ ਕਿਹਾ ਵੀ ਫਲਾਣੇ ਥਾਂ 'ਤੇ ਇਹ ਲਿਖੀ ਹੋਈ ਹੈ ਬਾਤ, ਇਹ ਪਾਣਨੀ ਰਿਸ਼ੀ ਨੇ ਵਿਆਕਰਨ ਬਣਾ ਕੇ ਗੱਲ ਕਹੀ ਸੀ ਵੀ ਮੇਰੀ ਵਿਆਕਰਨ ਵੇਦ 'ਤੇ ਲਾਗੂ ਨਹੀਂ ਹੋਊਗੀ। ਉਹਨੇ ਪੁੱਛਿਆ ਜੀ ਕਿਉਂ, ਉਹ ਕਹਿੰਦਾ ਵੇਦ ਈਸ਼ਵਰੀ ਬਾਣੀ ਹੈ, ਇਹ ਨਿਸ਼ਚਾ ਹੈ ਹਿੰਦੂ ਮਤ ਕਿ ਵਿਆਕਰਨ ਮੇਰੀ ਬਣਾਈ ਹੈ, ਮੈਂ ਜੀਵ ਹਾਂ, ਮੇਰੇ ਕੋਲੋਂ ਗਲਤ ਵੀ ਹੋ ਸਕਦਾ, ਇਸ ਕਰਕੇ ਵੇਦ 'ਤੇ ਨਾ ਲਾਓ, ਬਾਕੀ ਸਾਰਿਆਂ ਥਾਂ 'ਤੇ ਜਿਹੜੇ ਵੀ ਭਾਸ਼ਾ ਦੇ ਗ੍ਰੰਥ ਹੋਣਗੇ ਵਿਆਕਰਨ ਲੱਗੂਗੀ ਭਾਸ਼ਾ 'ਤੇ, ਬਾਣੀ 'ਤੇ ਨਹੀਂ ਲੱਗ ਸਕਦੀ, ਵੇਦ ਬਾਣੀ ਹੈ। ਹੁਣ ਸਾਡੇ ਵਾਲਿਆਂ ਨੂੰ ਪਤਾ ਨਹੀਂ ਕਿੱਥੋਂ ਭੁਲੇਖਾ ਪੈ ਗਿਆ,
ਉਹ ਕਹਿੰਦੇ ਨੇ ਵੀ ਬਾਣੀ ਉਹ ਵਿਆਕਰਨ ਅਨੁਸਾਰ ਹੋਣੀ ਚਾਹੀਦੀ ਸੀ। ਇਹ ਪਿੱਛੇ ਜੇ ਬਹਿ ਗਏ ਸੀ ਸੋਧਣ ਵਾਸਤੇ, ਰੌਲਾ ਪੈ ਗਿਆ ਪੰਥ 'ਚ ਤਾਂ ਹਟੇ, ਨਹੀਂ ਤਾਂ ਕਹਿੰਦੇ ਵੀ ਵਿਆਕਰਨ ਅਨੁਸਾਰ ਕਈ ਅੱਖਰ ਗਲਤ ਲਿਖੇ ਵੇ ਨਾ। ਸਿੱਧੇ ਤੌਰ 'ਤੇ ਨਹੀਂ ਕਿਹਾ ਵੀ ਗੁਰੂ ਅਰਜਨ ਦੇਵ ਦੇਵ ਗਲਤੀ ਹੋ ਗਈ, ਇਹ ਆਪਣੀ ਅਕਲ 'ਚ ਤਾਉਣ ਲੱਗੇ ਸੀ, ਪਰ ਉਹ ਕੰਮ ਵਿਚਾਲੇ ਰਹਿ ਗਿਆ। ਗੁਪਤੀ ਗੁਪਤੀ ਫਿਰ ਵੀ ਇਹਨਾਂ ਨੇ ਕਾਫੀ ਕਰ ਲਿਆ ਸੀ। ਗੁਰੂ ਕਿਰਪਾ ਹੀ ਕਰੇ, ਬਾਣੀ ਜਿਹੜੀ ਹੈ ਵੀ ਵੇਦ ਬਾਣੀ ਤਾਂ ਜਿਹੜੀ ਹੈ ਵੀ ਉਹ ਈਸ਼ਵਰ ਦੀ ਬਾਣੀ ਨਿਸ਼ਚਾ ਹੈ, ਜਿਵੇਂ ਕੁਰਾਨ ਦੇ ਉੱਤੇ ਇਸਲਾਮ ਦਾ ਨਿਸ਼ਚਾ ਹੈ। ਅਤੇ ਪਰ ਗੁਰਬਾਣੀ 'ਚ ਤਾਂ ਖੁਦ ਲਿਖਿਆ ਹੋਇਆ ਵੀ ਤੁਰਕੀ ਬਾਣੀ ਆਈ, ਇਹ ਧੁਰਾਂ ਦੀ ਬਾਣੀ ਦੇ ਉੱਤੇ ਜੀਵ ਦੇ ਕੀਤੇ ਕਾਨੂੰਨ ਕਿਵੇਂ ਲਾਗੂ ਹੋਣਗੇ? ਰੱਬ ਦੇ ਬਣਾਏ ਕਾਨੂੰਨ ਜੀਵਾਂ 'ਤੇ ਲਾਗੂ ਹੋ ਸਕਦੇ ਨੇ? ਜੀਵਾਂ ਦੇ ਬਣਾਏ ਰੱਬ 'ਤੇ ਵੀ ਲਾਗੂ ਹੋ ਸਕਦੇ। ਇਸ ਕਰਕੇ ਭਾਸ਼ਾ 'ਤੇ ਵਿਆਕਰਨ ਵਰਤ ਹੁੰਦੀ ਹੈ, ਬਾਣੀ 'ਤੇ ਨਹੀਂ ਵਰਤ। ਹਾਂ, ਇੱਕ ਗੱਲ ਹੈ, ਅਰਥ ਨੂੰ ਸਪਰਸ਼ ਕਰਨ ਵਾਸਤੇ ਸੰਪਰਦਾ 'ਚ ਵੀ ਵਿਆਕਰਨ ਦਾ ਸਹਾਰਾ ਲਿਆ ਜਾਂਦਾ ਹੈ। ਉਹ ਇਉਂ ਲਿਆ ਜਾਂਦਾ ਹੈ ਵੀ ਵਿਆਕਰਨ ਜਿਹੜੀ ਹੈ, ਗੁਰੂ ਨਾਨਕ ਦੇ ਘਰ ਦੀ ਨੌਕਰਾਣੀ ਨੂੰ ਵਿਆਕਰਨ ਕਹਿੰਦੇ ਨੇ, ਗੁਰੂ ਨਾਨਕ ਦੇ ਘਰ ਦੀ ਮਾਲਕਣ ਨੂੰ ਵਿਆਕਰਨ ਨਹੀਂ ਕਹਿੰਦੇ। ਇਹ ਗੱਲ ਸਮਝਣ ਵਾਲੀ। ਨੌਕਰ ਦਾ ਕੰਮ ਕੀ ਹੁੰਦਾ? ਝਾੜੂ ਮਾਰਨਾ, ਜੋ ਮਾਲਕ ਨੇ ਕਹਿਤਾ ਉਹ ਕਰਨਾ। ਨੌਕਰ ਮਾਲਕ ਨੂੰ ਹੁਕਮ ਨਹੀਂ ਕਰ ਸਕਦਾ, ਵਿਆਕਰਨ ਗੁਰਬਾਣੀ ਨੂੰ ਚੈਲੰਜ ਨਹੀਂ ਕਰ ਸਕਦਾ। ਅਤੇ ਇਸ ਕਰਕੇ ਅਤੇ ਉਹ ਪਾਠ ਪੜ੍ਹਿਓ, ਪਾਠ ਕਿਹੜਾ ਵੀ ਵਿਆਕਰਨ ਵੀ ਪੜ੍ਹੀ, ਔਰ ਇਹਦੇ ਨਾਲ ਛੇ ਸ਼ਾਸਤਰ, ਸਾਂਖ, ਨਿਆਇ, ਅਭਿਸ਼ੇਕ, ਪੂਰਮਾਸਾ, ਪਤੰਜਲ ਅਤੇ ਵਿਦਾਂਤ, ਇਹ ਵੀ ਪੜ੍ਹੇ। ਸੁਰਤੀਆਂ ਦੇ ਪਾਠ ਵੀ ਪੜ੍ਹੇ, ਸਿਮਰਤੀਆਂ ਦੇ ਵੀ ਪੜ੍ਹੇ, ਉਪਨਿਸ਼ਦਾਂ ਦਾ ਪਾਠ ਵੀ ਪੜ੍ਹੇ, ਪਾਠ ਪੜ੍ਹਿਓ। ਅਰ ਅਰ ਦਾ ਅਰਥ ਹੈ ਔਰ, ਇਸ ਤੋਂ ਇਲਾਵਾ। ਔਰ ਅਰ ਦੇ ਨਾਲ ਇੱਕ ਹੋਰ ਵੀ ਭੇਦ ਸਮਝਾਂ, ਵਿਆਕਰਨ ਦੇ ਵਿੱਚ ਇਕੱਲਾ ਰਾਰਾ ਲਿਖਿਆ ਹੁੰਦਾ ਹੈ ਬਹੁਤ ਸਾਰੇ ਥਾਂ, ਜੇ ਉੱਥੇ ਆੜਾ ਲਾ ਦੇਣ ਤਾਂ ਮਾਤਰਾ ਵੱਧ ਜਾਂਦੀ ਹੈ, ਜੇ ਉੱਥੇ ਸੂਚਨਾ ਨਾ ਦਿੱਤੀ ਜਾਵੇ ਇਸ ਤੋਂ ਬਾਅਦ ਆਹ ਕੀ ਹੈ ਤਾਂ ਫਿਰ ਉਹ ਵਿਆਕਰਨ ਗਲਤ ਸਾਬਤ ਹੋ ਜਾਂਦੀ ਹੈ। ਉੱਥੇ ਇੱਕ ਢੰਗ ਵਰਤਿਆ ਜਾਂਦਾ ਵੀ ਰਾਰੇ ਨੂੰ ਔਂਕੜ ਲਾ ਕੇ ਇਕੱਲਾ ਰੋ, ਰੋ ਦਾ ਅਰਥ ਔਰ ਬਣ ਜਾਂਦਾ। ਅਤੇ ਇਸ ਪ੍ਰਕਾਰ ਇੱਥੇ ਸਿੱਧੇ ਹੀ ਅਰ ਲਿਖਿਆ ਹੋਇਆ। ਸੰਸਕ੍ਰਿਤ ਦੇ ਵਿੱਚ ਵਿਆਕਰਨ ਦੇ ਇਕੱਲੀ ਰੂਹ ਕਰਕੇ ਉਹਦਾ ਅਰਥ ਔਰ ਕਹਿੰਦੇ, ਮਹਾਰਾਣੀ ਦੇ ਇਕੱਲੀ ਔਰ ਸਿੱਧੀ ਲਿਖਿਆ ਹੋਇਆ। ਔਰ ਇਹ ਤੋਂ ਇਲਾਵਾ ਚਾਰੇ ਵੇਦ ਸਾਂਖ, ਅਤੇ ਜਿਵੇਂ ਪਿੱਛੇ ਸ਼ਾਸਤਰ ਸੀ, ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਵਣ ਵੇਦ, ਉਹ ਕਹਿੰਦੇ ਮਹਾਰਾਜ ਮੈਂ ਇਹਦਾ ਵੀ ਅਧਿਐਨ ਕੀਤਾ, ਵਿਚਾਰਿਓ ਇਹ ਵੀ ਵਿਚਾਰ ਲਿਆ। ਇੰਨਾ ਕੁਛ ਕਰਕੇ ਤੇ ਮੇਰੇ ਪੱਲੇ ਕੱਖ ਵੀ ਨਹੀਂ ਪਿਆ, ਮਨ ਨੂੰ ਸ਼ਾਂਤੀ ਨਹੀਂ ਆਈ, ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਇਸ ਲਈ ਮਹਾਰਾਜ ਮੈਂ ਤਾਂ ਤੁਹਾਡੇ ਸ਼ਰਨ ਵਿੱਚ ਆ। ਸ਼ੌਕ ਹੈ ਸਾਡੇ ਜਥੇ ਦਾ ਇੱਕ ਵਿਦਿਆਰਥੀ ਕਹਿੰਦਾ ਵੀ ਮੈਂ ਤਾਂ ਕੁਰਾਨ ਪੜ੍ਹਨੀ ਹੈ। ਮੈਂ ਕਿਹਾ ਭਾਈ ਮੈਂ ਤਾਂ ਆਪ ਨਹੀਂ ਪੜ੍ਹਿਆ ਕੁਰਾਨ, ਉਸ ਤਰ੍ਹਾਂ ਪੜ੍ਹ ਲਈ ਦੀ ਆਪਣੇ ਤੌਰ 'ਤੇ, ਪਰ ਮੈਂ ਅਰਬੀ ਉਸ ਤਰ੍ਹਾਂ ਨਹੀਂ ਤੈਨੂੰ ਪੜ੍ਹਾ ਸਕਦਾ, ਮੈਂ ਨਹੀਂ ਅਰਬੀ ਸਿੱਖੀ। ਉਹ ਮਰੇ ਕੋਲ ਰਾਜਾ ਮੁਫਤੀ ਸਾਹਿਬ ਦੇ ਕੋਲ ਕੁਰਾਨ ਪੜ੍ਹੀ ਹੋਈ, ਤਖ਼ਤ ਸਾਹਿਬ 'ਤੇ ਕਥਾ ਦੀ ਡਿਊਟੀ ਮਿਲੀ, ਸਿੰਘ ਸਾਹਿਬ ਬਣਿਆ, ਭਾਈ ਚਰਨਜੀਤ ਸਿੰਘ ਜੀ ਉਹਨਾਂ ਦਾ ਨਾਂ, ਅੱਜ ਵੀ ਉਹ ਸ਼੍ਰੋਮਣੀ ਕਮੇਟੀ ਦੇ ਵਿੱਚ। ਅਤੇ ਇੱਕ ਵਿਦਿਆਰਥੀ ਕਹਿੰਦਾ ਵੀ ਮੈਂ ਤਾਂ ਚਾਰੇ ਵੇਦ ਪੜ੍ਹਨੇ। ਮੈਂ ਕਿਹਾ ਵੀ ਤੂੰ ਕਿਸੇ ਪੰਡਿਤ ਕੋਲ ਜਾ, ਗੁਰਮਤਿ ਦੀ ਵਿਦਿਆ ਤੈਨੂੰ ਪੜ੍ਹਾ ਦਿੱਤੀ। ਉਹਨੇ ਚਾਰੇ ਵੇਦ ਅਧਿਐਨ ਕੀਤੇ। ਮੈਂ ਕਿਹਾ ਵੀ ਇੰਨਾ ਕੰਮ ਤੂੰ ਕੀਤਾ, ਹੁਣ ਇੱਕ ਛੋਟਾ ਜਿਹਾ ਹੋਰ ਵੀ ਕਰ ਦੇ, ਇਹਦੀ ਨੋਟੀਸ਼ਨ ਤਿਆਰ ਕਰ ਦੇ ਵੀ ਵੇਦ ਦੇ ਕਿਹੜੇ ਵੇਦ ਦੇ ਕਿਹੜੇ ਥਾਂ 'ਤੇ ਕੀ ਪ੍ਰਕਰਨ, ਉਹ ਵੀ ਉਹਨੇ ਤਿਆਰ ਕੀਤੀ। ਕਹਿਣ ਤਾਂ ਮਤਲਬ ਜਿਹਨੇ ਗੁਰਬਾਣੀ ਪੜ੍ਹ ਲਿਓ ਤਾਂ ਸਭ ਕੁਛ ਪੜ੍ਹ ਲਿਆ, ਪਰ ਸ਼ੌਕ ਹੈ ਮੇਰੇ ਖੁਦ ਵਿਦਿਆਰਥੀਆਂ ਨੇ ਜਾ ਕੇ ਇਸ ਤਰ੍ਹਾਂ ਦੀ ਹੋਰ ਵਿਦਿਆ ਵੀ ਲਾਂਭੇ ਪੜ੍ਹੀ। ਔਰ ਇਹਦੇ 'ਤੇ ਪਾਬੰਦੀ ਵੀ ਕੋਈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਸਿੱਖਾਂ ਨੂੰ ਕਾਂਸੀ ਭੇਜਿਆ, ਇਹਦਾ ਖੰਡਨ ਨਹੀਂ ਆ ਕੋਈ, ਵੇਦ ਬਾਣੀ ਜਿੰਨੀ ਕੋਈ ਮਰਜ਼ੀ ਪੜ੍ਹੇ ਵਿਦਿਆ, ਕਹਿੰਦੇ ਇਹ ਵੀ ਵਿਚਾਰ ਹੈ। ਪਰ ਇਸ ਤੋਂ ਇਲਾਵਾ ਫਿਰ ਨਿਵਲ ਭੁਯੰਗਮ ਸਾਧੇ, ਅਤੇ ਇਹ ਫਿਰ ਯੋਗ ਮਤ ਦੇ ਵਿੱਚ ਯੋਗ ਕਲਪਤਰ ਸ਼ਾਸਤਰ ਹੈ, ਉਹਦੇ ਸਾਰੀਆਂ ਵਿਧੀਆਂ ਲਿਖੀਆਂ ਹੋਈਆਂ। ਉਹਦੇ 'ਚ ਆਉਂਦਾ ਇੱਕ ਨਿਉਲੀ ਕਰਮ, ਨਿਵਲ ਦਾ ਅਰਥ ਹੀ ਨਿਉਲੀ ਕਰਮ ਹੈ। ਨੇਤੀ ਧੋਤੀ ਦੋ ਤਰ੍ਹਾਂ ਦੀ, ਇਹ ਸਫਾਈ ਪੇਟ ਦੀ ਕਰਨ ਵਾਸਤੇ ਬੜੇ, ਇਹਦੀ ਜਿਹੜੀ ਪ੍ਰਕਿਰਿਆ ਜਿਹੜੀ ਆ, ਕਈ ਤਾਂ ਰੋਗੀ ਹੋ ਜਾਂਦੇ ਆ ਇਹ ਕਰਦੇ।
मूल द्वारे की सफाई किवें करदे आ, स्वय स्थान जगह की जिहड़े शिशन इंद्रे ते उहदी किस तरह सफाई करनी है, उहनूं निवल पेंगम कहिंदे। ते इस प्रकार जिहड़ा है ते इहदे नाल नाल भयंगम, भयंगम नाम सप दा हुंदा है। ते सप तों भाव की है, साढ़े अंदर भयंगमां नाड़ी है, ये जिहड़ी है मूल स्थान तो चलती है, साड़ी जिहड़ी रीढ़ की हड्डी है ना इहदे नाल नाल चलती है। ये थोड़े जे थां तो चल के फिर ये मुड़ के कुंडल मार लैंदी है, जिवें सप का कुंडल मारिया हुंदा, फिर सीधी हो के चलदी है, फिर कुंडल मार लैंदी है। दसवें द्वार तक इन्हें छे कुंडल मारे हुए, इन्हों कुंडली सुलझी कहने गुरबाणी के अंदर। तो इस करके फिर ये तां नाम भयंगम नाड़ी है, ये मिझ भरी होंगी है, चर्बी भरी है। योगी जन की करते है, इनू साधते किवें है, सूरज की सुर जड़ी है ते उहदे द्वारा प्राण चढ़ा के अंदर गरमैश इन्नी पैदा कर लेंदे है, उस चर्बी ढलनी शुरू हो जाती है गरमैश दे नाल। हुण जदों नाड़ी खाली होगी उहदे च हवा भरनी शुरू होगी, ते इहनूं कुंडली नूं सिद्धी किवें करदे आ, क्योंकि जदों इह दसम द्वार ते ना एड़ा और पिंगला जिहड़ियां दो नाड़ियां ने, एक चंद्रमा की एक सूरज की है, एड़ा खब्बी है, पिंगला जिहड़ी है वह सास जी सज्जी सुर है, इन्हां दे संध दे विच है सुखमना नाड़ी। सुखमना नाड़ी जिहड़ी है जिवें सप कुंडल मार के सुता पिया होवे, दसम द्वार का दरवाजा बंद करके सुती पई है, इन्हों कहिंदे ने ऊपर हाट, हाट पर आला, आले भीतर, जिहड़ा कहिंदा दसम द्वारा अगम पारा परम पुर की घाटी, ऊपर हाट, हाट पर आला, आले भीतर। धन गुरु अर्जन देव सच्चे पातशाह एक तुक दे विच एडा वड्डा सिद्धांत कहिंदे, जिहड़ा घंटियां वधी लगे रहो जे सारा खुलना हो इक तुक नूं। ते इस करके उहनूं वे साधे किवें आ, सौखा जिहा तरीका झटका समझण वास्ते, प्लास्टिक का पैप ਹੋਵੇ ਇਕੱਠਾ ਹੋਇਆ, ਉਹਦੇ 'ਚ ਇੱਕ ਪਾਸੇ ਪੂਰੀ ਜ਼ੋਰ ਦੀ ਹਵਾ ਭਰਦੀ ਹੈ ਨਾ, ਉਹ ਸਿੱਧਾ ਹੋ ਜਾਂਦਾ ਹਵਾ ਦੇ ਬਲ ਨਾਲ। ਬਿਲਕੁਲ ਇਸੇ ਤਰ੍ਹਾਂ ਜਦੋਂ ਪ੍ਰਾਣ ਇਹਦੇ 'ਚ ਭਰਦੇ ਆ, ਇਹ ਜਿਹੜੀ ਭਿਉਂਗਵਾਂ ਨਾੜੀ ਹੈ ਇਹ ਫਿਰ ਖੁੱਲ੍ਹ ਜਾਂਦੀ ਹੈ, ਉਹ ਖੁੱਲ੍ਹਣ ਦੇ ਨਾਲ ਦਸਮ ਦਰਦਾ ਦਰਵਾਜ਼ਾ ਖੁੱਲ੍ਹ ਜਾਂਦਾ, ਉਹਦੇ 'ਚ ਫਿਰ ਪ੍ਰਾਣ ਅਪਾਨ ਵਾਯੂ ਪ੍ਰਵੇਸ਼ ਕਰ ਜਾਂਦੀ ਹੈ। ਹੁਣ ਪ੍ਰਾਣ ਅਪਾਨ ਵਾਯੂ ਸਾਡੇ ਸਿੱਧੇ ਤੌਰ 'ਤੇ ਚੱਲਦੀ ਹੈ, ਉਹਦੇ ਵਿੱਚ ਯੋਗੀ ਫਿਰ ਆਪਣੀ ਉਮਰ ਜਿੰਨੀ ਚਾਹੇ ਉਹ ਨਹੀਂ ਬਣਾ ਸਕਦੇ, ਉਹ ਕਿਵੇਂ, ਨਹੀਂ ਤਾਂ ਸ਼ੰਕਾ ਬਣ ਜੂ ਉਹਦਾ ਸਿੱਧਾ। ਜੇ ਤੁਹਾਡੇ ਕੋਲ ਗੱਡੀਆਂ ਘਰ ਘਰ ਖੜੀਆਂ, ਇੱਕ ਇੱਕ ਦੋ ਦੋ ਤਿੰਨ ਤਿੰਨ ਹੋਣਗੀਆਂ, ਜੇ ਤੁਹਾਡੀ ਗੱਡੀ ਦੀ ਟੈਂਕੀ ਪੂਰੀ ਫੁੱਲ ਕੀਤੀ ਵੀ ਹੈ ਅਤੇ ਤੁਸੀਂ ਉਹਨੂੰ ਗੱਡੀ ਨੂੰ ਖੜਿਆਂ ਰੱਖੀ ਹੈ, ਤੁਸੀਂ ਮਹੀਨਾ ਖੜੀ ਰੱਖੋ ਟੈਂਕੀ ਦੇ ਵਿੱਚ, ਤੇਲ ਤਾਂ ਉਨਾ ਹੀ ਰਹੂਗਾ, ਤੇਲ ਤਾਂ ਜਦ ਮੁੱਕਣਾ ਜਦੋਂ ਸਟਾਰਟ ਕਰੋਗੇ। ਇਹ ਪ੍ਰਾਣ ਜਦੋਂ ਚੱਲਦੇ ਆ ਉਦੋਂ ਉਮਰ ਖਤਮ ਹੁੰਦੀ ਆ, ਪ੍ਰਾਣ ਲਿਖ ਕੇ ਪਾਏ ਪਏ ਨਾ ਵੀ ਇੰਨੇ ਲੈਣੇ ਨਾ, ਉਹ ਪ੍ਰਾਣ ਲੈਣ 'ਤੇ ਹੀ ਹਟ ਜਾਂਦੇ ਨੇ, ਉਮਰ ਉੱਥੇ ਬਰੀਕ ਹੋ ਜਾਂਦੀ। ਉਹ ਲੰਮੀ ਉਮਰ ਜਿਹੜੀ ਕਰ ਲੈਂਦੇ ਆ, ਲੰਮੀ ਉਮਰ ਦੇ ਲਾਲਚ ਦੇ ਕਈ ਤਾਂ ਰੋਗੀ ਹੋ ਕੇ ਬਹਿ ਗਏ। ਸੰਨ 1971 ਦੇ ਵਿੱਚ ਮੇਰੇ ਨਾਲ ਉੱਥੇ ਰਿਖੀ ਕੇ ਸ਼ੇਖ ਰਘਵੀਰ ਸਿੰਘ ਉਹਦਾ ਨਾਂ ਸੀ ਸ਼ਾਇਦ, ਹੈ ਜਾਂ ਨਹੀਂ ਬਹੁਤ ਸਾਲਾਂ ਤੋਂ ਮੈਨੂੰ ਮਿਲਿਆ। ਉਹ ਮੈਨੂੰ ਕਹਿੰਦਾ ਮੈਂ ਤਾਂ ਭਾਈ ਸਾਹਿਬ ਕਹਿੰਦਾ ਦਸਮ ਦੁਆਰ ਪ੍ਰਾਣ ਚੜਾਉਣੇ ਸਿੱਖਣੇ। ਮੈਂ ਕਿਹਾ ਤੈਨੂੰ ਕੀ ਲੋੜ ਪੈ ਗਈ ਇਹਦੀ? ਕਹਿੰਦਾ ਜੀ ਮੈਂ ਸੰਤ ਮਹਾਰਾਜ ਨੂੰ ਪੁੱਛਿਆ ਸੀ, ਸੰਤ ਬਾਬਾ ਈਸ਼ਵਰ ਸਿੰਘ ਜੀ ਨੂੰ, ਉਹਨੇ ਕਿਹਾ ਵੀ ਤੂੰ ਰਹਿਣ ਦੇ। ਕਹਿੰਦੇ ਮੈਂ ਦੁਬਾਰੇ ਫਿਰ ਬੇਨਤੀ ਕੀਤੀ, ਫਿਰ ਕਹਿੰਦੇ ਉਹ ਕਹਿੰਦੇ ਕੀ ਲੈਣਾ ਤੈਂ? ਕਹਿੰਦਾ ਤੀਸਰੀ ਵਾਰ ਮੈਂ ਫਿਰ ਬੇਨਤੀ ਕੀਤੀ, ਕਹਿੰਦੇ ਜਾ ਤੈਨੂੰ ਕੋਈ ਮਿਲ ਜੂਗਾ। ਉਹ ਰਿਸ਼ੀਕੇਸ਼ ਮਿਲ ਗਿਆ ਇੱਕ ਸੰਤ, ਉਹਦਾ ਜਿਹੜਾ ਗੁਰੂ ਸੀ ਸੰਤ ਦਾ, ਉਹ ਇੱਕ ਸਾਲ ਤੱਕ ਪ੍ਰਾਣ ਚੜਾ ਲੈਂਦਾ ਸੀ ਜਿਹੜਾ ਦਾਦਾ ਗੁਰੂ ਸੀ। ਜਿਹੜਾ ਉਹਦਾ ਗੁਰੂ ਸੀ ਉਹ ਕਹਿੰਦਾ 8 ਦਿਨ ਤੱਕ ਦੀ ਪਹੁੰਚ ਸੀ, ਅਤੇ ਥੋੜ੍ਹਾ ਚਿਰ ਉਹ ਵੀ ਚੜਾ ਲੈਂਦਾ ਸੀ। ਉਹਦੇ ਕੋਲੋਂ ਪ੍ਰਾਣ ਜਾਮ ਸਿੱਖਣ ਲੱਗਿਆ, ਪਰ ਉਹ ਵਿਚਾਲੀ ਰਹਿ ਰੂਗੀ ਸੀ, ਗੱਲ ਸਾਫ ਸੀ, ਇਹ ਬੜੇ ਔਖੇ ਨਾ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਦੀ ਐਂ ਸਾਧਨਾ ਕਰਦੇ ਹੋਏ, ਤੇ ਉਹ ਸਿੱਖ ਕਹਿੰਦਾ ਮਹਾਰਾਜ ਬੜਾ ਕੁਛ ਕਰਿਆ ਪਰ ਪ੍ਰਾਪਤੀ ਨਹੀਂ ਹੋਈ ਹੈ। ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਕਹਿੰਦੇ ਤਕਲੀਫ ਕੀ ਆ? ਗੁਰੂ ਸਾਹਿਬ ਜੀ ਕਹਿੰਦੇ, ਕਹਿੰਦੇ ਜੀ ਇੰਨਾ ਕੁਛ ਕਰਨ ਦੇ ਬਾਵਜੂਦ ਵੀ ਜਿਹੜੇ ਪੰਚ ਜਨਾ ਜਿਹੜੇ ਕਾਮ ਕਰੋ ਲੋਭ ਅਹੰਕਾਰ,
ਇਹ ਜਿਹੜੇ ਨੇ ਪੰਜਾਂ ਨੇ ਇਹਨਾਂ ਦੇ ਨਾਲ ਸੰਗ ਹੈ ਜਿਹੜਾ ਉਹ ਟੁੱਟਿਆ ਨਹੀਂ। ਕਾਮ ਵਾਸ਼ਨਾ ਵੀ ਉਸੇ ਤਰ੍ਹਾਂ ਕ੍ਰੋਧ ਦੀ ਉਵੇਂ ਜਿਵੇਂ ਲੋਭ ਮੋਹ ਹੰਕਾਰ ਉਵੇਂ ਜਿਵੇਂ ਇਹਨਾਂ ਦੇ ਨਾਲ ਸੰਗ ਨਾ ਟੁੱਟਾ। ਇਸ ਕਰਕੇ ਆਮ ਦੁਨਿਆਵੀ ਬੰਦਿਆਂ ਦੀ ਤਰ੍ਹਾਂ ਹੀ ਉਹੀ ਸੁਭਾਅ ਬਣਿਆ ਹੋਇਆ, ਇਹਨਾਂ ਤੋਂ ਛੁਟਕਾਰਾ ਨਹੀਂ ਹੋਇਆ। ਅਧਿਕ ਅਹਮ ਬੁੱਧ ਵਾਧੇ, ਬਲਕਿ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਸਾਧਨਾਂ ਦੇ ਨਾਲ ਤੈਨੂੰ ਕਿਹਨੇ ਕਹਿ ਦਿੱਤਾ ਵੀ ਪ੍ਰਾਪਤੀ ਹੋ ਜਾਂਦੀ? ਇਹਦੇ ਨਾਲ ਤਾਂ ਅਧਿਕ ਬਹੁਤ ਹੀ ਹੰਕਾਰ ਵੱਧ ਜਾਂਦਾ ਵੀ ਮੈਂ ਲੋਕਾਂ ਦੇ ਨਾਲੋਂ ਦਸੋਂ ਦੁਆਰ ਪ੍ਰਾਣ ਚੜਾਉਣ ਵਾਲਾ, ਮੈਂ ਵੇਦ ਪਾਠੀ ਹਾਂ, ਮੈਂ ਵਿਆਕਰਨ ਪੜ੍ਹਿਆ, ਇਹਦਾ ਹੰਕਾਰ ਵੱਧ ਜਾਂਦਾ। ਅਹੰ ਬੁੱਧ ਜਿਹੜੀ ਹੈ ਉਹਦੇ 'ਚ ਵਾਧਾ ਹੋ ਜਾਂਦਾ ਹੈ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮਹਾਰਾਜ ਕਹਿੰਦੇ ਪਿਆਰੇ ਗੁਰਸਿੱਖਾ ਇਹ ਤਾਂ ਢੰਗ ਹੀ ਨਹੀਂ ਹੈ ਵਾਹਿਗੁਰੂ ਨੂੰ ਮਿਲਣ, ਇਹ ਨਹੀਂ ਤਰੀਕਾ ਹੈ, ਇਹਨਾਂ ਵਿਧ ਮਿਲਣ ਨਾ ਜਾਈ, ਇਹਦੇ ਨਾਲ ਵਾਹਿਗੁਰੂ ਦਾ ਮਿਲਾਪ ਨਹੀਂ ਹੁੰਦਾ। ਮੈਂ ਕੀਏ ਕਰਮ ਅਨੇਕਾ, ਇਹ ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਦੇ ਵਿੱਚ ਆ ਕੇ ਅਨੇਕਾਂ ਕਰਮ ਕਰ ਲਏ ਕਿੰਨੀਆਂ ਨੇ, ਅਥਵਾ ਉਹ ਸਿੱਖ ਕਹਿੰਦਾ ਮੈਂ ਅਨੇਕਾਂ ਕਰਮ ਕਰ ਲਏ ਮਹਾਰਾਜ, ਤੇ ਹੰਕਾਰ ਦੀ ਵਾਧਾ ਹੋਇਆ ਹੈ। ਹਾਰ ਪਰਿਓ ਸਵਾਮੀ ਕੈ ਦੁਆਰੇ, ਅਖੀਰ ਨੂੰ ਤਾਂ ਮੈਂ ਥੱਕ ਕਰਕੇ, ਹਾਰ ਕਰਕੇ, ਥੱਕ ਕਰਕੇ ਹਰੀ ਪਰਮੇਸ਼ਰ ਦਾ ਸਰੂਪ ਸਤਿਗੁਰੂ ਗੁਰੂ ਅਰਜਨ ਦੇਵ ਜੀ, ਮੈਂ ਗੁਰੂ ਨਾਨਕ ਦੇ ਘਰ ਆ ਗਿਆ, ਗੁਰੂ ਨਾਨਕ ਦੇ ਦੁਆਰੇ ਆ ਗਿਆ, ਹਰ ਪਰਿਓ ਸਵਾਮੀ ਕੇ ਦੁਆਰੇ, ਇਹ ਰੱਬ ਦਾ ਦੁਆਰਾ ਹੈ। ਨਿਰੰਕਾਰ ਨੇ ਆਪ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ, ਹੁਣ ਮੈਂ ਰੱਬ ਦੇ ਘਰ ਵਿੱਚ ਆ ਗਿਆ, ਕਿਰਪਾ ਕਰੋ ਮੇਰੇ ਉੱਤੇ। ਦੀਜੈ ਬੁੱਧ ਵਿਵੇਕਾ, ਮਹਾਰਾਜ ਕਹਿੰਦੇ ਚਾਹੁੰਦਾ ਕੀ ਹੈ ਸਿੱਖਾ, ਕਹਿੰਦਾ ਜੀ ਮੈਨੂੰ ਵਿਵੇਕ ਬੁੱਧ ਦੇ ਦਿਓ। ਅਹੰਗ ਬੁੱਧ ਤਾਂ ਹੈਗੀ ਪਹਿਲੇ ਹੀ ਮੇਰੇ ਕੋਲ, ਵਿਵੇਕ ਬੁੱਧ ਸਤਿਗੁਰ ਤੇ ਪਾਏ। ਬਿਬ ਨਾਮ ਦੋ ਦੈ ਜੀਵ ਤੇ ਈਸ਼ ਨੂੰ ਇੱਕ ਜਣਾਉਣ ਵਾਲੀ ਬੁੱਧ ਜਿਹੜੀ ਹੈ ਉਹ ਗਿਆਨ ਦੁਆਰਾ ਆਪ ਮਾਰੇ ਕਿਰਪਾ ਕਰ ਦਿਓ, ਉਹ ਦੀਜੈ ਇਹ ਮੇਰੇ ਤੇ ਕਿਰਪਾ ਕਰ ਦਿਓ। ਰਹਾਓ, ਰਹਾਓ ਅਸਥਾਈ ਦਾ ਨਾਮ ਹੈ, ਇਸ ਸ਼ਬਦ 'ਚ ਦੋ ਸਥਾਈਆਂ ਨੇ, ਇੱਕ ਅਖੀਰ 'ਚ ਵੀ ਰਹਾਓ, ਉਹ ਜਦੋਂ ਆਊਗੀ ਉਦੋਂ ਆਪਾਂ ਵਿਚਾਰ ਕਰ ਲਾਂਗੇ। ਅਸਥਾਈ ਦੇ ਕੇ ਕਹਿ ਰਹੇ ਹਨ ਜੀ, ਮੋਹਨ ਭਇਓ ਕਰਪਾਤੀ ਰਹਿਓ, ਬਹੁਤ ਸਾਰੇ ਨੇ ਜਿਹੜੇ ਮੋਹਨ ਧਾਰਨ ਕਰਕੇ ਉਹ ਸਿੱਖ ਵੀ ਕਹਿੰਦਾ ਮੈਂ ਵੀ ਜੀ ਮੋਨੀ ਬਣਿਆ ਰਿਹਾ, ਮੋਹਨ ਭਇਓ, ਪਰ ਮੈਂ ਸਾਰੀਆਂ ਧਾਤੂਆਂ ਦੇ ਭਾਂਡੇ ਛੱਡ ਦਿੱਤੇ, ਮੈਂ ਹੱਥਾਂ ਨੂੰ ਮੈਂ ਭਾਂਡਾ ਬਣਾ ਕੇ ਰੋਟੀ ਹੱਥਾਂ 'ਤੇ ਖਾਂਦਾ ਰਿਹਾ ਕਈ ਸਾਲ। ਕਰਪਾਤੀ ਕਹਿੰਦੇ ਨੇ ਉਹਨੂੰ, ਕਰ ਹੱਥਾਂ ਨੂੰ ਇਹ ਪਾਤਰ ਬਣਾ ਲਿਆ, ਇਹ ਵੀ ਇਸ ਤਰ੍ਹਾਂ ਦੇ ਸਾਧਨ ਵੀ ਕੀਤੇ। ਨਗਨ ਫਿਰਿਓ ਬਨ ਮਾਹੀ, ਫਿਰ ਮਹਾਰਾਜ ਵਸਤਰਹੀਣ ਹੋ ਕੇ ਨਾਗੇ ਸਾਧੂਆਂ 'ਚ ਜਾ ਰਲਿਆ, ਉਹ ਵੀ ਮੈਂ ਜਿਵੇਂ ਪਸ਼ੂ ਨੰਗੇ ਫਿਰਦੇ ਆ ਐਂ ਵੀ ਜੰਗਲ ਦੇ ਵਿੱਚ ਮੈਂ ਫਿਰਿਆ, ਇਹ ਇਸ ਕਰਕੇ ਬਨਵਾਸੀ ਬਣਿਆ, ਬਾਨ ਪ੍ਰਸਤੀ ਬਣ ਗਿਆ ਹਾਂ। ਤਟ ਤੀਰਥ ਸਭ ਧਰਤੀ ਭ੍ਰਮਿਓ, ਤੇ ਤੀਰਥਾਂ ਦੇ ਤਟ ਕਿਨਾਰਿਆਂ ਦੇ ਉੱਤੇ 68 ਤੀਰਥਾਂ 'ਤੇ ਮੈਂ ਉੱਥੇ ਇਸ਼ਨਾਨ ਕਰਦਾ ਫਿਰਿਆ ਵੀ ਸ਼ਾਇਦ ਮੈਲ ਲੰਘ ਜੂਗੀ ਫਿਰ ਰੱਬ ਪ੍ਰਾਪਤ ਹੋਊਗਾ, ਇਹ ਬਿਨਾਂ ਕਾਮਯਾਬੀ ਇਹਦੇ 'ਚ ਬਿਨਾਂ ਮਿਲੂ। ਸਾਰੀ ਧਰਤੀ ਦਾ ਭਰਮਣ ਕੀਤਾ ਹੈ। ਦੁਬਿਧਾ ਛੁਟਕੈ ਨਾਹੀ, ਦੁਬਿਧਾ ਦੋ ਵਿਧਾਂ ਜਿਹੜੀਆਂ ਇਹਦੇ ਛੁਟਕਾਰਾ ਨਹੀਂ ਹੋਇਆ, ਦੁਬਿਧਾ ਨਹੀਂ ਮਨ 'ਚੋਂ ਗਈ ਹੈ। ਦੁਬਿਧਾ ਬਾਰੀ ਮਨ ਬਾਰ ਆਇਆ, ਝੂਠੇ ਲਾਲਚ ਜਨਮ ਗਵਾਇਆ, ਮੇਰਾ ਜਨਮ ਐਵੇਂ ਚਲਾ ਗਿਆ। ਮਨ ਕਾਮਨਾ ਤੀਰਥ ਜਾਏ ਬਸਿਓ, ਮਣੀਕਰਨ ਤੀਰਥ ਦੀ ਜਾ ਕੇ ਮੈਂ ਕਿਹਾ ਵੀ ਰੱਬ ਸ਼ਾਇਦ ਇੱਥੇ ਮਿਲ ਜਾਏ। ਮਣੀਕਰਨ ਤੀਰਥ ਮਨ ਕਾਮਨਾ ਮਣੀਕਰਨ ਤੀਰਥ ਨੂੰ ਕਹਿੰਦੇ ਆ, ਜਿੱਥੇ ਉਹ ਮਣੀ ਡਿੱਗ ਸੀ ਪਾਰਵਤੀ ਦੀ, ਸ਼ਿਵ ਜੀ ਨੇ ਲੱਭ ਕੇ ਦਿੱਤੀ, ਹੋਰ ਬੜੇ ਪ੍ਰਸੰਗ ਆਉਂਦੇ ਨੇ ਇਸ ਤਰ੍ਹਾਂ ਦੇ। ਉਹ ਤੀਰਥ 'ਤੇ ਵੀ ਜਾ ਕੇ ਕਾਂਸ਼ੀ ਦੇ ਵਿੱਚ ਵੀ ਹੈ ਅਤੇ ਉੱਧਰ ਹਿਮਾਲਿਆ ਦੇ ਵਿੱਚ ਵੀ, ਅਤੇ ਮਨ ਕਾਮਨਾ ਤੀਰਥ ਜਾਏ ਬਸ, ਅਤੇ ਮਣੀਕਰਨ ਤੀਰਥ ਵੀ ਜਾ ਕੇ ਬਸਿਆ। ਸਿਰ ਕਰਵੱਤ ਧਰਾਏ, ਅਤੇ ਬਹੁਤ ਸਾਰੇ ਲੋਕ ਮਹਾਰਾਜ ਕਹਿੰਦੇ ਬਈ ਤੂੰ ਤਾਂ ਅਜੇ ਥੋੜ੍ਹੀ ਸਾਧਨ ਕੀਤੀ ਹੈ, ਕੁਛ ਕੰਸੀ ਦੇ ਵਿੱਚ ਜਾ ਕੇ ਨਾ ਆਰੇ ਨਾਲ ਆਪਣੇ ਆਪ ਨੂੰ ਚਰਵਾ ਲੈਂਦੇ ਆ ਵੀ ਰੱਬ ਪ੍ਰਾਪਤ ਹੋ। ਉਹ ਸਿਰ ਦੇ ਉੱਤੇ ਇਹਨੂੰ ਕਰਵੱਤ, ਜਿਵੇਂ ਸਿੰਘ ਨੇ ਬੋਲਿਆ ਇਹੀ ਪਾਠ ਸੁਧਾ ਭਾਈ, ਜਿਹੜੇ ਪਾਠ ਕਰਨ ਵਾਲੇ ਹੈ ਇਹ ਉਹਨੂੰ ਕਰਵੱਤ ਨਹੀਂ ਕਹਿਣਾ, ਕਰਵੱਤ ਨਾਮ ਆਰੇ। ਇਹ ਸਿਰ ਦੇ ਉੱਤੇ ਆਰਾ ਵੀ ਕਾਂਸੀ ਦੇ ਅੰਦਰ ਜਿਹੜਾ ਹੈ ਉਹ ਮੰਨਿਆ ਜੀ, ਜਿਹੜਾ ਚੀਰਿਆ ਜਾਵੇ ਉਹਦੇ ਨਾਲ ਆਖੇ ਉਹਨੂੰ ਮੁਕਤੀ ਮਿਲ ਜਾਂਦੀ, ਇਹ ਬ੍ਰਾਹਮਣਾਂ ਨੇ ਇਸ ਤਰ੍ਹਾਂ ਦੀ ਬਣਾਈ ਹੋਈ ਸੀ। ਜਦੋਂ ਸਾਡੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਦਾ ਰਾਜ ਹੋਇਆ, ਉਹਨਾਂ ਨੇ
ਬਰੀਕੀ ਤੱਕ ਘੋਖ ਕੀਤੀ। ਜਦੋਂ ਸਾਰੀ ਲਿਸਟ ਮਰਨ ਵਾਲਿਆਂ ਦੀ ਪੜ੍ਹੀ ਜਿਹਨਾਂ ਦੀ ਗਿਣਤੀ ਕੋਈ ਨਹੀਂ ਹੈ, ਉਹ ਹੈਰਾਨ ਹੋ ਗਏ, ਕਹਿੰਦੇ ਇਹਦੇ ਵਿੱਚ ਬ੍ਰਾਹਮਣ ਤਾਂ ਕੋਈ ਵੀ ਨਹੀਂ ਮਰਿਆ, ਬਾਕੀ ਦੇ ਜਾਤਾਂ ਦੇ ਲੋਕ ਹਨ, ਛੱਤਰੀ ਲੋਕ ਹਨ, ਬ੍ਰਾਹਮਣ ਦਾ ਇੱਕ ਵੀ ਨਹੀਂ ਮਰਿਆ। ਅੰਗਰੇਜ਼ ਨੇ ਪੁੱਛਿਆ ਵੀ ਤੁਹਾਨੂੰ ਨਹੀਂ ਮੁਕਤੀ ਦੀ ਲੋੜ, ਜੀ ਲੋੜ ਹੈ, ਕਹਿੰਦੇ ਫਿਰ ਤੁਸੀਂ ਨਹੀਂ ਮੁਕਤੀ ਲੈਂਦੇ ਆ ਰਹੇ ਹੇਠਾਂ, ਫਿਰ ਗੱਲ ਨਾ ਆਵੇ ਇਹਨਾਂ ਨੂੰ। ਉਹਨੇ ਕਿਹਾ ਵੀ ਇਹ ਪਖੰਡ ਹੈ ਸਾਰਾ ਕੁਛ, ਜਜਮਾਨਾਂ ਦਾ ਮਾਲ ਲੁੱਟਣ ਵਾਸਤੇ ਤੁਸੀਂ ਇਹ ਬਣਾਈ, ਉਹਨਾਂ ਨੇ ਸੀਲ ਕਰ ਦਿੱਤਾ, ਉਹ ਸੀਲ ਕੀਤਾ ਹੋਇਆ ਹੁਣ ਤੱਕ ਸੀਲ ਹੀ ਹੈ, ਨਹੀਂ ਤਾਂ ਉਹਦੇ ਪਤਾ ਨਹੀਂ ਕਿੰਨੇ ਕੁ ਬੰਦੇ ਚੀਰ ਤੇ ਮਾਇਆ ਦੇ ਲਾਲਚ ਆ ਕੇ ਉਹਨੂੰ ਕਹਿੰਦੇ ਨੇ ਕਰਵਾ ਕਰ ਕਰਵਟ ਭਲਾ ਨਾ ਕਰਵਟ ਤੇ, ਕਹਿੰਦੇ ਉਹ ਲੋਈ ਨੇ ਇਹੀ ਕਿਹਾ ਸੀ ਨਾ, ਇਹ ਮੈਨੂੰ ਆਰੇ ਨਾਲ ਭਾਵੇਂ ਚੀਰਦੇ ਸੀ ਨਹੀਂ ਕਹੂੰਗੀ, ਪਰ ਤੂੰ ਪਿੱਠ ਨਾ ਕਰ ਮੇਰੇ। ਤਾਂ ਇਸ ਕਰਕੇ ਹੈ ਸਿਰ ਕਰਵੱਤ ਧਰਾਏ, ਇਹ ਵੀ ਸਾਧਨ ਕਰ ਲਏ ਕਈਆਂ ਨੇ ਮੁਕਤੀ ਵਾਸਤੇ। ਮਨ ਕੀ ਮੈਲ ਨਾ ਉਤਰੈ ਇਹ ਵਿਦ, ਮਹਾਰਾਜ ਕਹਿੰਦੇ ਜੁਗਤੀਆਂ ਦੇ ਨਾਲ ਮਨ ਮੈਲਾ ਹੀ ਰਹਿੰਦਾ, ਇਹ ਮਨ ਦੇ ਸ਼ੁੱਧ ਕਰਨ ਦਾ ਕੋਈ ਸਾਧਨ ਨਹੀਂ ਹੈ। ਜੇ ਲੱਖ ਯਤਨ ਕਰਾਏ, ਜੇ ਲੱਖਾਂ, ਇਹ ਤਾਂ ਥੋੜੇ ਨੇ ਗਿਣਤੀ ਦੇ, ਇਸ ਤਰ੍ਹਾਂ ਦੇ ਜਿਹੜੇ ਲੱਖਾਂ ਜਿਹੜੇ ਯਤਨ ਪਾਵੇ ਉਹ ਵੀ ਕਰ ਲਓ, ਤਾਂ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ। ਕਨਿਕ ਕਾਮਿਨੀ ਹੈਵਰ ਗੈਵਰ, ਮਹਾਰਾਜ ਸਾਹਿਬ ਜੀ ਕਹਿੰਦੇ ਇਸ ਤੋਂ ਇਲਾਵਾ ਦਾਨ ਕਰਨ ਵਾਲਿਆਂ ਨੇ ਵੀ ਰੱਬ ਨੂੰ ਦਾਨ ਦੁਆਰਾ ਪਾਉਣਾ ਚਾਹਿਆ, ਕਣਕ ਨਾਮ ਸੋਨੇ ਦਾ, ਅਰਤੈ ਅਰਪੈ ਨਾਰ ਸ਼ਿੰਗਾਰ ਸਮੇਤ, ਉਹਨੂੰ ਤੁਲਾ ਦਾਨ ਕਹਿੰਦੇ ਸੀ, ਅਤੇ ਗਹਿਣੇ ਪੂਰੇ ਲੱਦ ਕੇ ਨਾ ਸੋਨੇ ਦੇ ਨਾਲ ਆਪਣੀ ਇਸਤਰੀ ਨੂੰ ਉਹਨੂੰ ਜਾ ਕੇ ਸਾਸ ਜੀ ਅਤੇ ਇਸ ਤਰ੍ਹਾਂ ਦਾਨ ਕਰ ਦੇਣਾ। ਉਹ ਬ੍ਰਾਹਮਣ ਬੈਠੇ ਹੁੰਦੇ ਸੀ, ਉਹਦੀ ਚੁਗਲੀ ਛਡਾ ਲੈਣੀ ਪਤੀ ਦੇ ਕੋਲ, ਅਤੇ ਲਓ ਜੀ ਇਹ ਮੈਂ ਪਤਨੀ ਦਾਨ ਕਰ ਦਿੱਤੀ, ਵੀ ਆਉਂਦੇ ਜਨ 'ਚ ਫਿਰ ਮੈਨੂੰ ਇਹੀ ਪਤਨੀ ਮਿਲੇ, ਮਨ ਮਤ ਸੀ ਇਸ ਤਰ੍ਹਾਂ। ਕੁਰਕਸ਼ੇਤਰ ਬੜਾ ਕੁਛ ਆਉਂਦਾ ਰਿਹਾ ਹੈ, ਹਰਿਦੁਆਰ ਬੜਾ ਹੁੰਦਾ ਰਿਹਾ, ਅਤੇ ਬਾਅਦ ਦੇ ਬ੍ਰਾਹਮਣ ਹੁੰਦੇ ਸੀ ਇਮਾਨਦਾਰ ਉਸ ਵੇਲੇ, ਬਾਅਦ ਦੇ ਵਿੱਚ ਉਹਨੇ ਕੀ ਕਰਨਾ ਵੀ ਲਓ ਜੀ ਵੀ ਤੁਸੀਂ ਇਹ ਦਾਨ ਤਾਂ ਕਰ ਦਿੱਤੀ ਹੈ, ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ ਵੀ ਮੈਨੂੰ ਤਾਂ ਸੋਨਾ ਚਾਂਦੀ ਪੈਸੇ ਚਾਹੀਦੇ ਹੈ, ਅਤੇ ਤੁਹਾਨੂੰ ਆਪਣੀ ਇਸਤਰੀ ਚਾਹੀਦੀ ਹੈ, ਵੀ ਇਹਦੇ ਬਰਾਬਰ ਤੋਲ ਕੇ ਧਨ ਦੇ ਦਿਓ ਅਤੇ ਇਸਤਰੀ ਆਪਣੀ ਵਾਪਸ ਲੈ ਜਾਓ, ਮੈਂ ਤੁਹਾਨੂੰ ਮੁੱਲ ਦੇ ਦਿੰਦਾ ਉਹਦੇ। ਉਹਨੂੰ ਕਹਿੰਦੇ ਤੁਲਾ ਦਾਨ। ਇਹੋ ਜਿਹੇ ਪਖੰਡ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਇਹ ਨਰਕ ਚੋਂ ਕੱਢਿਆ ਦੁਨੀਆਂ ਨੂੰ, ਬਸ ਇਹ ਸਮਝ ਲਓ, ਮੁੜ ਕੇ ਪਹਿਲਾਂ ਦਾਨ ਕਰਨੀ ਸ਼ਿੰਗਾਰ, ਮੁੜ ਕੇ ਫਿਰ ਉਹਨੂੰ ਬ੍ਰਾਹਮਣ ਤੋਂ ਮੁੱਲ ਪਾ ਕੇ ਤੱਕੜੀ ਦੇ ਵਿੱਚ ਉਹਦੇ ਵਾਸਤੇ ਮੁੱਲ ਲੈ ਆਉਣ, ਕਿਹਾ ਮੈਂ ਤੈਨੂੰ ਹੁਣ ਤੈਨੂੰ ਮੁੱਲ ਲੈ ਕੇ ਆਇਆ, ਮੈਂ ਉਹ ਤਾਂ ਦਾਨ ਕਰਤੀ ਸੀ, ਵੀ ਇਹਦੇ ਨਾਲ ਵੀ ਆਉਂਦੇ ਜਨਮ 'ਚ ਇਹੀ ਮੈਨੂੰ ਪ੍ਰਾਪਤ ਹੋ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਵੀ ਕਣਕ ਕਾਮਨੀ ਉਹ ਇਸਤਰੀ ਦਾ ਦਾਨ ਕਰ ਦੇਵੇ, ਅਰਪੈ ਨਾਰ ਸ਼ਿੰਗਾਰ ਸਮੇਤ, ਹੈ ਨਾਮ ਘੋੜੇ ਦਾ ਵਰ ਨਾਮ ਸ੍ਰੇਸ਼ਟ ਦਾ, ਹੈਵਰ ਘੋੜੇ ਦਾ ਨਾਮ ਇਕੱਠਾ ਅਰਥ ਨਹੀਂ ਨਾ ਮਿਲਦਾ, ਹੈ ਹੀ ਨਾਮ ਘੋੜੇ ਦਾ ਹੁੰਦਾ, ਵਰ ਸ੍ਰੇਸ਼ਟ। ਅਤੇ ਉਹ ਜਿਹੜੇ ਖੁਰਾਸਾਨੀ ਘੋੜੇ ਹੁੰਦੇ ਸੀ ਉਹ ਸੀ ਬਹੁਤ, ਗੈ ਹਾਥੀ ਦਾ ਨਾਮ ਹੈ, ਵਰ ਸ੍ਰੇਸ਼ਟ, ਐਰਾਪਤ ਹਾਥੀ ਦੀ ਘੋੜੀ, ਹੈਵਰ ਗੈਵਰ, ਕਣਕ ਕਾਮਨੀ ਹੈਵਰ ਗੈਵਰ ਇਤਿਆਦਿ ਜਿਹੜੇ ਹਨ। ਬਹੁ ਵਿਧ ਦਾਨ ਦਾ ਤਾਰਾ, ਬਹੁਤ ਵਿਧੀਆਂ ਦਾ ਦਾਨ, ਇੱਕ ਤੇ ਇੱਕ ਤਰ੍ਹਾਂ ਦਾ, ਇਹ ਇਉਂ ਦਾਨ ਕਰਕੇ ਆਪਣੇ ਆਪ ਨੂੰ ਦਾਤੇ ਮਨ ਬੈਠਦੇ ਹਨ। ਅੰਨ ਵਸਤਰ ਭੂਮ ਬਹੁ ਅਰਪੇ, ਕਈਆਂ ਨੇ ਅੰਨ ਅਨਾਜ ਜਿਹੜਾ ਉਹ ਦਾਨ ਕਰਨਾ ਸ਼ੁਰੂ ਕੀਤਾ, ਕਈਆਂ ਨੇ ਵਸਤਰ ਦਾਨ ਕੀਤੇ, ਕਈਆਂ ਨੇ ਜ਼ਮੀਨ ਦਾਨ ਕਰ ਦਿੱਤੀ ਹੈ, ਬਹੁਤ ਸਾਰੀ ਇਉਂ ਅਰਪਣ ਕਰ ਦਿੱਤੀ ਹੈ। ਨਹਿ ਮਿਲੀਏ ਹਰ ਦੁਆਰਾ, ਪਰ ਹਰੀ ਪਰਮੇਸ਼ੁਰ ਵਾਹਿਗੁਰੂ ਦਾ ਦੁਆਰ ਵੀ ਨਹੀਂ ਮਿਲਿਆ, ਰੱਬ ਦਾ ਕੀ ਮਿਲਣਾ। ਦੂਸਰਾ ਹਰੀ ਪਰਮੇਸ਼ਰ ਦਾ ਦੁਆਰਾ ਕੀ ਹੈ, ਦੁਆਰ ਹੈ ਉਹਦਾ ਗਿਆਨ, ਗਿਆਨ ਰੂਪੀ ਦਰਵਾਜ਼ਾ ਮਿਲਿਆ ਹੀ ਨਹੀਂ, ਅਗਿਆਨ 'ਚ ਰਹੇ, ਨਹਿ ਮਿਲੀ ਹੈ ਉਹ ਮਿਲਿਆ ਹੀ ਨਹੀਂ, ਉਹਦਾ ਦੁਆਰਾ ਨਹੀਂ ਮਿਲਿਆ, ਇਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਕੀ ਮਿਲਣਾ, ਉਹਦਾ ਦੁਆਰਾ ਜਿਹੜਾ ਗਿਆਨ ਹੈ ਬ੍ਰਹਮ ਗਿਆਨ ਉਹ ਵੀ ਪ੍ਰਾਪਤ ਨਾ ਹੋਇਆ। ਪੂਜਾ ਅਰਚਾ ਬੰਧਨ ਡੰਡ ਉੱਤ, ਦੁਆਰੇ ਬੋਲ ਦਿਓ, ਪੂਜਾ ਅਰਚਾ ਬੰਧਨ ਡੰਡ ਉੱਤ, ਡੰਡ ਉੱਤ ਨਹੀਂ ਪਾਠ ਹੁੰਦਾ, ਡੰਡਾ ਉੱਤ, ਗੁੱਸਾ ਨਹੀਂ ਕਰਨਾ ਕਿਉਂਕਿ ਗਲਤ ਪਾਠ ਫਿਰ ਮੇਤੋਂ ਵੀ ਬਰਦਾਸ਼ਤ ਨਹੀਂ ਹੁੰਦਾ, ਤੁਸੀਂ ਤਾਂ ਸ਼ੁੱਧ ਪਾਠ ਤੁਹਾਡਾ ਕੀਤਾ ਹੈ, ਪਰ ਮੈਂ ਇੱਕ ਗੱਲੋਂ ਤੁਹਾਡੀ ਨਿਮਰਤਾ 'ਤੇ ਵੀ ਮੈਂ ਤੁਹਾਡੇ ਉਸ ਤੋਂ ਕਰਦਾ ਵੀ ਤੁਹਾਡੇ 'ਚ ਇੰਨੀ ਨਿਮਰਤਾ ਹੈ
इस दे बावजूद भी मैं पाठ नूं स्टेज ते टोक देना तां भी चा दे नाल नौजवाना तू पाठ करन बैठदा मैं तेरी भावना समझदा फिर मेरी जिम्मेवारी भी बनी जो पढ़िया महापुरुषों के कोलों जो कलगीधर पातशाह ने पढ़ाया अपने पंथ खालसे नूं तां कि वह विद्या उस तरह प्रचलित डंड उतक नहीं डंडौत कहना है। हाँ तो यह जिहड़ी है भाई तीन चार प्रकार की है। तो एक तो होंदी है डंडौत जिहड़ी उसनूं कहिंदे आ भी नमस्कार कर दित्ती ਉਹ ਇਹ ਬੰਦਨਾ ਨਾ ਤਿੰਨ ਚਾਰ ਤਰ੍ਹਾਂ ਦੀ ਹੈ। ਇੱਕ ਹੈ ਬੰਦਨਾ ਜਿਹੜੇ ਖੜੇ ਖੜਾਏ ਦੋਨੇ ਹੱਥ ਜੋੜੇ ਇਸ ਦੇ ਅੱਗੇ ਸਿਰ ਝੁਕਾ ਦਿੱਤਾ ਇਹਨੂੰ ਇਕੱਲੀ ਬੰਦਨਾ ਕਹਿੰਦੇ। ਇੱਕ ਤਾਂ ਹੋ ਗਈ ਨਾ ਬੰਦਨਾ ਅਤੇ ਦੂਸਰੀ ਹੋ ਗਈ ਅਸ਼ਟਾਂਗ ਬੰਦਨਾ। ਅਸ਼ਟਾਂਗ ਬੰਦਨ ਕਹਿੰਦੇ ਨੇ ਵੀ ਅੱਠ ਅੰਗ ਧਰਤੀ ਨੂੰ ਲੱਗੇ ਹੋਣ ਪਰ ਮਹਾਨ ਕੋਸ਼ ਵਾਲੇ ਨੇ ਰਲਗੜ ਵਿੱਚ ਹੀ ਕਰਦਾ ਹੈ ਉਹਨੇ ਡੰਡੌਤ ਬੰਦਨ ਨੂੰ ਅਤੇ ਅਸ਼ਟਾਂਗ ਬੰਦਨ ਨੂੰ ਇਕੱਠੇ ਹੀ ਕਰ ਦਿੱਤਾ। ਉੱਥੇ ਪੜ੍ਹ ਸਕਦੇ ਹੋ ਤੁਸੀਂ ਉਹਦੇ ਕੋਲੋਂ ਪਤਾ ਨਹੀਂ ਕਿਸ ਢੰਗ ਨਾਲ ਹੋਈ ਹੈ ਵਾਹਿਗੁਰੂ ਜਾਣੇ ਪਰ ਇਹ ਦੋ ਚੀਜ਼ਾਂ ਨਹੀਂ ਹੁੰਦੀਆਂ। ਅਤੇ ਅੱਠ ਅੰਗ ਅਸ਼ਟਾਂਗ ਬੰਧਨ ਅੱਠ ਅੰਗ ਧਰਤੀ ਨੂੰ ਲੱਗੇ ਹੋਣ ਮੱਥਾ ਨੱਕ ਹੈ ਗੋਡੇ ਨ ਹੱਥ ਨੇ ਇਤਿਆਦ ਮੱਥਾ ਟੇਕ। ਅਤੇ ਤੀਸਰੀ ਹੈ ਡੰਡੌਤ ਬੰਧਨ। ਡੰਡੌਤ ਬੰਧਨ ਡੰਡੇ ਪਤਾ ਲੰਮਾ ਪੈ ਕੇ ਮੱਥਾ ਟੇਕਣ ਅਤੇ ਕਈ ਪ੍ਰੇਮੀ ਟੇਕਦੇ ਆ ਦੂਜੇ ਦੇਖ ਕੇ ਇਤਰਾਜ਼ ਕਰਦੇ ਕਹਿੰਦੇ ਇਹ ਕੀ ਕਰ ਰਿਹਾ ਨਹੀਂ ਭਾਈ ਇਹ ਵੀ ਮਰਿਆਦਾ ਡੰਡੇ ਬਹੁਤ ਲੰਮਾ ਪੈ ਕੇ ਵੀ ਮੈਂ ਸਮਰਪਿਤ ਹੋ ਗਿਆ ਸੋ ਮੈਂ ਆਪਣੀਆਂ ਅੱਖਾਂ ਵੀ ਮੈਂ ਆਪਣੇ ਹੱਥ ਵੀ ਮੈਂ ਪੈਰ ਵੀ ਸਭ ਅਰਪਣ ਕਰਤੇ ਤੈਨੂੰ ਮੈਂ ਮੱਥਾ ਟੇਕ। ਇਹਨੂੰ ਕਹਿੰਦੇ ਨੇ ਡੰਡੌਤ ਬੰਧਨ ਅਨਕਵਾ। ਅਤੇ ਇਸ ਕਰਕੇ ਕਹਿੰਦੇ ਕਈ ਜਿਹੜੇ ਨਾ ਉਹ ਦੇਵੀ ਦੇਵਤਿਆਂ ਨੂੰ ਡੰਡੌਤ ਕਰਦੇ ਫਿਰਦੇ ਆ। ਆਹ ਹੁਣ ਸਾਉਣ ਦਾ ਮਹੀਨਾ ਚੱਲਦਾ ਤੁਸੀਂ ਦੇਖੋ ਜਾ ਕੇ ਉੱਥੇ ਅਨੰਦਪੁਰ ਸਾਹਿਬ ਦੇ ਮੂਹਰੇ ਨੂੰ ਲੰਘਦੇ ਆ ਤਖਤ ਸਾਹਿਬ ਦੇ। ਕੋਈ ਹਰਿਆਣੇ 'ਚੋਂ ਚੱਲਿਆ ਕੋਈ ਯੂਪੀ 'ਚੋਂ ਚੱਲਿਆ ਕਿ ਜੀ ਨੈਣਾ ਦੇਵੀ ਦੀ ਡੰਡੌਤ ਸੁੱਖੀ ਹੋਈ ਸੀ। ਉਹ ਲੰਮਾ ਪੈ ਕੇ ਫਿਰ ਲੀਹ ਖਿੱਚ ਦੇਣੀਆਂ ਫਿਰ ਉਦੋਂ ਆ ਤਲੇ ਮਾਰ ਮਾਰ ਕੇ ਮਸਾਂ ਉੱਥੇ ਪਹੁੰਚਦੇ ਕਈ ਤਾਂ ਰਸਤੇ 'ਚ ਬਿਮਾਰ ਹੋ ਕੇ ਮੁੜੇ ਆਉਂਦੇ। ਅਤੇ ਇਹ ਕਹਿੰਦੇ ਐਂ ਦੇਵਤਿਆਂ ਦੀਆਂ ਡੰਡੌਤਾਂ ਵੀ ਬਥੇਰੇ ਕਰਦੇ ਫਿਰ ਪੂਜਾ ਅਰਚਾ ਬੰਧਨ ਡੰਡੌਤ। ਅੱਗੇ ਬੋਲੋ ਜੀ ਖੱਟ ਕਰਮਾ ਰਤ ਰਹਿਤਾ। ਇਹ ਖੱਟ ਨਾਮ ਹੈ ਛੇ ਦਾ ਛੇ ਕਰਮਾਂ ਦੇ ਵਿੱਚ ਕਰੰਗੇ ਹੋਏ ਨੇ। ਉਹ ਛੇ ਜਿਹੜੇ ਕਰਮ ਹਨ ਵੇਦ ਪੜ੍ਹਨਾ ਪੜ੍ਹਾਉਣਾ ਦਾਨ ਦੇਣਾ ਲੈਣਾ ਅਤੇ ਇਤਿਹਾਸਕ ਜੱਗ ਕਰਨਾ ਕਰਾਉਣਾ ਇਹ ਖੱਟ ਕਰਮ ਹੀ ਕਹਿੰਦੇ ਨੇ ਬ੍ਰਾਹਮਣ ਜੀ। ਉਹ ਵੀ ਕਰਮ ਜਿਹੜੇ ਨੇ ਇਹ ਇਸ ਤਰ੍ਹਾਂ ਦੇ ਕਰਕੇ ਬਹੁਤ ਸਾਰੇ ਰਹਿ ਚੁੱਕੇ ਨੇ। ਇਹਨਾਂ ਦੇ ਨਾਲ ਪ੍ਰੀਤੀ ਕਰਦੇ ਹਨ ਕਰਮਾਂ ਦੇ। ਕਰਮ ਧਰਮ ਪਾਖੰਡ ਜੋ ਦਿਸੈ ਹਉ ਹਉ ਕਰਤ ਬੰਧਨ ਮਹਿ ਪਰਿਆ। ਮੈਂ ਕਰਦੇ ਮੈਂ ਕੀਤਾ ਮਾਂ ਕੀਤਾ ਉਹ ਬੰਧਨ ਦੇ ਵਿੱਚ ਪੈ ਗਏ ਮੁਕਤੀ ਨਹੀਂ ਪ੍ਰਾਪਤ ਹੋਈ ਹੈ। ਨਹਿ ਮਿਲੀਏ ਇਹ ਜੁਗਤਾ। ਇਹਨਾਂ ਜੁਗਤੀਆਂ ਦੇ ਨਾਲ ਪਰਮਾਤਮਾ ਨਹਿ ਮਿਲੀਏ ਨਹੀਂ ਮਿਲਦਾ। ਮਹਾਰਾਜ ਕਹਿੰਦੇ ਇਉਂ ਨਹੀਂ ਮਿਲਦਾ ਹੈ। ਯੋਗ ਸਿੱਧ ਆਸਣ ਚੌਰਾਸੀ। ਫਿਰ ਯੋਗ ਦੇ ਜਿਹੜੇ ਖੱਟ ਅੰਗ ਨੇ ਅਤੇ ਉਹਦੇ ਵੀ ਸਾਧ ਸਿੰਘ ਜੀ ਉਹ ਵੀ ਕਰਨੇ ਅਤੇ ਸਿੱਧ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣੀਆਂ ਸਾਧਨ ਕਰਦੇ ਹਾਂ। ਅਤੇ ਜਾਂ ਫਿਰ ਆਸਣ ਚੌਰਾਸੀ 84 ਆਸਣ ਇਹ ਸਾਰਿਆਂ ਦਾ 84 ਆਸਣਾਂ ਦਾ ਵੇਰਵਾ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦਾ। ਉਹਦੇ ਵਿੱਚ ਸਾਧ ਸਿੰਘ ਜੀ ਕੁਛ ਮੁੱਖ ਮੁੱਖ ਲੈ ਗਏ ਨੇ ਉਸ ਤਰ੍ਹਾਂ 84 ਹੁੰਦੇ ਨੇ। ਇਹ 84 ਜਿਵੇਂ ਜੀਵ ਜਿਹੜੇ ਨੇ ਉਹਨਾਂ ਦੀ ਬੈਠਕ ਹੈ ਜਿਵੇਂ ਜਿਵੇਂ ਗਾਂ ਬੈਠਦੀ ਹੈ ਤਾਂ ਜਿਵੇਂ ਸ਼ੇਰ ਬੈਠਦਾ ਅਤੇ ਉਹਨੂੰ ਸਿੰਘਾਸਣ ਕਹਿ ਦਿੱਤਾ ਇਸ ਤਰ੍ਹਾਂ ਦੇ ਜਿਹੜੇ ਨਾ ਉਹ 84 ਨੇ। ਅਤੇ ਜਿਵੇਂ ਕਮਲ ਫੁੱਲ ਹੈ ਉਹਨੂੰ ਪਦਮ ਆਸਣ ਕਹਿ ਦਿੱਤਾ 84 ਆਸਣ ਨੇ। ਉਹ ਸਰੀਰ ਨੂੰ ਸਵੱਸਥ ਰੱਖਣ ਵਾਸਤੇ ਆਸਣ ਲਾਏ ਜਾਂਦੇ ਸੀ ਇਹ ਰੱਬ ਦੀ ਪ੍ਰਾਪਤੀ ਦਾ ਸਾਧਨ ਬਣਾ ਲਏ। ਅਤੇ ਇਸ ਕਰਕੇ ਯੋਗ ਸਿੱਧ ਆਸਣ 84 ਅਤੇ ਯੋਗ ਦੇ ਵਿੱਚ ਜਿਹੜੀਆਂ ਸੀ ਧਿਆਨ ਧਾਰਨਾ ਸਮਾਧ ਆਦਿ ਜਿਹੜੀਆਂ ਸੀ ਇਹ ਵੀ ਇਤਿਆਦ ਕਰ ਲਈਆਂ ਹਨ ਆਸਣ ਲਾਉਣੇ ਸਿੱਖ ਲਏ ਹਨ। ਇਹ ਵੀ ਕਰ ਕਰ ਰਹਿਆ ਇਹ ਵੀ ਕਰ ਕਰਕੇ ਰਹਿ ਚੁੱਕੇ ਨੇ ਪਰ ਰੱਬ ਨਹੀਂ ਪ੍ਰਾਪਤ ਹੋਇਆ ਹੈ। ਵੱਡੀ ਆਰ ਜਾ ਫਿਰ ਫਿਰ ਜਨਮੈ। ਵੱਡੀਆਂ ਉਮਰਾਂ ਕਰ ਲਈਆਂ ਯੋਗ ਅਭਿਆਸ ਕਰਕੇ ਤੇ ਜਦੋਂ ਮਹਾਰਾਜ ਸਾਹਿਬ ਨੇ ਮੁਕਤਸਰ ਸਾਹਿਬ ਦਾ ਜੰਗ ਫਤਿਹ ਕੀਤਾ ਨਾ ਉਤੋਂ ਸੱਤ ਕੋਹਾਂ ਦੇ ਉੱਤੇ ਨਾਂਗੇ ਦੀ ਸਰਾਂ ਹੈ
ਉਹਨੂੰ ਮਤੇ ਦੀ ਸਰਾਂ ਵੀ ਕਹਿੰਦੇ ਹੈ ਤਾਂ ਮਤੇ ਦੀ ਸਰਾਂ ਸੀ, ਉਹ ਉੱਜੜ ਗਈ ਸੀ। ਫਿਰ ਨਾਗਾ ਇੱਕ ਸਾਧੂ ਸੀ ਉਦਾਸੀ, ਉਹਨੇ ਵਸਾਈ ਤੀ ਇਸ ਕਰਕੇ ਸਾਧ ਸਿੰਘ ਜੀ, ਉਹ ਮੁੜ ਕੇ ਨਾ ਨਾਗੇ ਸਾਧੂ ਦੀ ਵਿਛਾਉਣ ਕਰਕੇ ਉਹਨੂੰ ਨਾਗੇ ਦੀ ਸਰਾਂ ਕਹਿੰਦੇ। ਉਹਦੇ ਇੱਕ ਕਿਨਾਰੇ 'ਤੇ ਸ਼ਹਿਨਸ਼ਾਹ ਉਤਰੇ ਅਤੇ ਦੂਜੇ ਕਿਨਾਰੇ 'ਤੇ ਇੱਕ ਸੰਤ ਰਹਿੰਦਾ ਸੀ। ਉਹਦੀ ਉਮਰ ਜਿਹੜੀ ਆ ਬਹੁਤ ਲੰਮੀ ਸੀ, ਅਤੇ ਜਦੋਂ ਸਿੱਖ ਘਾਹ ਦਾਣਾ ਇਕੱਠਾ ਕਰਦੇ ਫਿਰਦੇ ਸੀ ਘੋੜਿਆਂ ਵਾਸਤੇ ਘਾਹ ਅਤੇ ਲੰਗਰ ਵਾਸਤੇ ਲੱਕੜਾਂ, ਉਹ ਯੋਗੀ ਦੀ ਸਮਾਧੀ ਖੁੱਲੀ ਸੀ, ਕਹਿੰਦਾ ਉਹ ਤੁਸੀਂ ਕੌਣ ਹੋ? ਅਤੇ ਆਪਣੇ ਚੇਲਿਆਂ ਨੂੰ ਕਹਿੰਦਾ ਕੌਣ ਉਤਰਿਆ ਪਰਲੇ ਕਿਨਾਰੇ? ਉਹ ਪੁੱਛਿਆ ਵੀ ਕੌਣ ਹੋ ਤੁਸੀਂ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿੰਦਾ ਅੱਛਾ ਅੱਛਾ, ਉਹ ਮਰਾਲਾ ਗੁਰੂ ਉਤਰਿਆ ਜੀ। ਮਰਾਲਾ ਗੁਰੂ ਕਹਿੰਦੇ ਤੁਰਕਾਂ ਨੂੰ ਮਾਰਨ ਵਾਲਾ ਗੁਰੂ, ਉਹ ਤੁਰਕਾਂ ਨੇ ਨਾਂ ਰੱਖਿਆ ਸੀ ਮਹਾਰਾਜ ਦਾ ਮਰਾਲਾ ਗੁਰੂ, ਵੀ ਇਹ ਤੁਰਕਾਂ ਨੂੰ ਮਾਰਦਾ। ਮਾਰ ਤਾਂ ਜ਼ੁਲਮੀਆਂ ਨੂੰ ਮਾਰਦੇ ਸੀ, ਤੁਰਕਾਂ ਨੂੰ ਥੋੜ੍ਹੀ ਮਾਰਦੇ ਸੀ। ਅਤੇ ਉਹ ਕਹਿਣ ਲੱਗੇ, ਉਹਨੇ ਪੁੱਛਿਆ ਸਿੱਖਾਂ ਨੂੰ, ਕਹਿੰਦੇ ਤੁਹਾਡੇ ਗੁਰੂ ਦੀ ਉਮਰ ਕਿੰਨੀ ਕੁ ਹੈ? ਉਹਨੇ ਦੇਖਿਆ ਵੀ 38 ਸਾਲ ਦੀ ਹੋ ਗਈ ਜੀ, 37-38 ਸਾਲ ਦੀ ਹੋ ਗਈ ਲਗਭਗ। ਹੁਣ ਅਸੀਂ ਪੁੱਛਿਆ ਤਾਂ ਹੈ ਨਹੀਂ ਗੁਰੂ ਸਾਹਿਬ ਨੂੰ। ਕਹਿੰਦਾ ਓਹੋ, ਕਹਿੰਦਾ ਅਜੇ ਤਾਂ ਬੱਚਾ ਹੀ ਹੈ ਤਾਂ ਹੀ ਲੜਦਾ ਫਿਰਦਾ ਹੈ। ਐਂ ਉਹਨੇ ਬਚਨ ਕਰਤਾ। ਸਿੱਖਾਂ ਨੂੰ ਗੁੱਸਾ ਲੱਗਿਆ, ਉਹਨੇ ਕਿਹਾ ਵੀ ਗੁਰੂ ਮਹਾਰਾਜ ਦਾ ਭੈ ਕਰਕੇ, ਨਹੀਂ ਤਾਂ ਸੰਤ ਦਾ ਸੌਦਾ ਲੈਣ ਨੂੰ ਵੀ ਤਿਆਰ ਹੋ ਗਏ ਸੀ ਵੀ ਸਾਡੇ ਗੁਰੂ ਨੂੰ ਐਂ ਕਹਿੰਦਾ, ਪਰ ਉਹ ਕਹਿੰਦੇ ਵੀ ਗੁਰੂ ਨਾਰਾਜ਼ ਹੋ ਜੂਗਾ, ਗੁਰੂ ਸਾਹਿਬ ਨੂੰ ਦੱਸਦੇ ਹਾਂ ਵੀ ਮਹਾਰਾਜ। ਉਹ ਜਦੋਂ ਆਏ ਯੋਗੀ ਦੇ ਚੇਲੇ ਆ ਗਏ, ਕੁਛ ਵੀ ਅਸੀਂ ਦੇਖ ਕੇ ਆਉਂਦੇ ਹਾਂ, ਸ਼ਰਧਾ ਨਹੀਂ ਸੀ ਉਹਨਾਂ। ਆ ਕੇ ਮਹਾਰਾਜ ਕਹਿੰਦੇ ਆਓ ਭਾਈ। ਕਹਿੰਦੇ ਮਹਾਰਾਜ ਪੁਰਾਣੇ ਇੱਕ ਸਾਧ ਬੈਠਾ ਪਰੇ, ਵੀ ਉਹ ਐਂ ਕਹਿੰਦਾ ਸੀ ਤੁਹਾਨੂੰ? ਕਹਿੰਦੇ ਕੋਈ ਨਹੀਂ ਭਾਈ, ਆਪਣੀ ਆਪਣੀ ਅਕਲ ਹੈ, ਕੋਈ ਕੁਛ ਵੀ ਕਹੇ। ਗੁਰੂ ਨਾਨਕ ਨੂੰ ਭੂਤਨਾ ਵੀ ਤਾਂ ਕਹਿੰਦੇ ਸੀ ਲੋਕ, ਤਾਂ ਕੀ ਹੋ ਗਿਆ ਜੇ ਮੈਨੂੰ ਐਂ ਕਹਿਤਾ? ਕੋਈ ਨਹੀਂ, ਤੁਸੀਂ ਤਾਂ ਨਹੀਂ ਕੁਛ ਕਿਹਾ? ਕਹਿੰਦੇ ਨਾ ਮੈਂ ਤਾਂ। ਕਹਿੰਦੇ ਜੀ ਤਾਂ ਕਰਿਆ ਸੀ ਕੁਛ ਕਹਿਣ ਨੂੰ, ਪਰ ਕਿਹਾ ਨਹੀਂ। ਕਹਿੰਦੇ ਨਾ ਭਾਈ, ਸੰਤ ਹੈ ਫਿਰ ਕੁਛ ਨਹੀਂ ਕਹਿਣਾ। ਅਤੇ ਮਹਾਰਾਜ ਇਹਨੇ ਐਂ ਕਿਉਂ ਕਿਹਾ ਛੋਟੀ ਉਮਰ ਦੀ? ਉਹ ਕਹਿੰਦੇ ਭਾਈ ਗੱਲ ਹੈ ਵੀ ਨਾਗਾਂ ਕਾਗਾਂ ਦੀ ਥੋੜ੍ਹੀ ਉਮਰ ਲੰਬੀ ਹੁੰਦੀ ਹੈ, ਤਾਂ ਕੀ ਹੋ ਗਿਆ ਜੀ ਯੋਗੀ ਨੇ ਉਮਰ ਵਧਾ ਲਈ? ਉਹਨੇ ਪੁਰਾਣਾ ਖੱਲੜ ਪਹਿਨਿਆ ਹੋਇਆ, ਅਸੀਂ ਨਵੀਂ ਪੁਸ਼ਾਕ ਪਹਿਨੀ ਆ, ਫਿਰ ਆਤਮਾ ਤਾਂ ਹੋ ਗਈ। ਕਹਿੰਦੇ ਮਹਾਰਾਜ ਕਿੰਨੀ ਕੁ ਉਮਰ ਹੈ ਇਹਦੀ? ਮਹਾਰਾਜ ਕਹਿੰਦੇ 5120 ਵਰੇ ਦੀ ਹੋ। ਉਹਦੇ ਬੈਠੇ ਸੀ ਚੇਲੇ, ਉਹਨਾਂ ਪੈਣਾ 'ਤੇ ਜ਼ਮੀਨ ਖਿਸਕੀ, ਨੱਠ ਕੇ ਜਾ ਕੇ ਕਹਿੰਦੇ ਗੁਰੂ ਜੀ ਉਹਨਾਂ ਤੁਹਾਡੀ ਉਮਰ ਵੀ ਦੱਸਦੀ ਆ ਵੀ ਇੰਨੀ ਹੈ, 5120 ਵਰੇ ਦੀ ਉਮਰ ਹੈ। ਕਹਿੰਦਾ ਹੈ, ਇਹਦਾ ਮਤਲਬ ਗੁਰੂ ਤਾਂ ਅੰਤਰਜਾਮੀ ਆ ਗਿਆ। ਫਿਰ ਮਹਾਰਾਜ ਦੀ ਚਰਨੀ, ਮਹਾਰਾਜ ਦੇ ਨਮਸਕਾਰ ਕੀਤੀ। ਕਹਿੰਦਾ ਮਹਾਰਾਜ ਬਖਸ਼ ਲਓ। ਕਹਿੰਦੇ ਯੋਗੀ ਤੂੰ ਇਹ ਨਹੀਂ ਕਦੇ ਪੜ੍ਹਿਆ ਵੀ ਨਾਗਾਂ ਕਾਗਾਂ ਦੀ ਥੋੜ੍ਹੀ ਉਮਰ ਲੰਬੀ ਉਮਰ ਨਾਲ ਕੀ ਹੋ ਜੂਗਾ? ਫਿਰ ਵੱਡੀ ਆਰਜਾ, ਫਿਰ ਜਨਮ ਹੈ, ਜਨਮ ਤਾਂ ਨਹੀਂ ਮੁੱਕਿਆ। ਫਿਰ ਉਹ ਕਹਿੰਦਾ ਮਹਾਰਾਜ ਮੈਨੂੰ ਅੰਮ੍ਰਿਤ ਸਿਖਾਓ। ਮਹਾਰਾਜ ਕਹਿੰਦੇ ਤੂੰ ਸੰਤ ਹੈ, ਇੱਥੇ ਸਿੱਖਿਆ ਦੇ ਦਿੰਦੇ ਹਾਂ। ਕਹਿੰਦਾ ਨਾ ਜੀ, ਅੰਮ੍ਰਿਤ ਸਿਖਾ। ਕਹਿੰਦੇ ਫਿਰ ਤੂੰ ਵੀ ਲੜਿਆ ਕਰੇਂਗਾ, ਹੁਣ ਤੂੰ ਸਾਨੂੰ ਲੜਾਕਾ ਕਹਿੰਦਾ ਸੀ। ਕਹਿੰਦੇ ਮਹਾਰਾਜ ਬਸ ਕਿਰਪਾ ਕਰੋ, ਮੇਰੀ ਭੁੱਲ ਸੀ। ਮਹਾਰਾਜ ਨੇ ਉਹ ਇੱਕ ਸਮਝ ਲਓ ਵੀ 120 ਵਰੇ ਉੱਪਰ ਨੂੰ, 5000 ਤੋਂ 5120 ਵਰੇ ਦੇ ਯੋਗੀ ਨੂੰ ਅੰਮ੍ਰਿਤ ਛਕਾ ਕੇ ਸਿੱਖ ਸਜਾਏ ਮਹਾਰਾਜ, ਤਿਆਰ ਪ੍ਰਤਿਆਰ ਕੀਤਾ। ਫਿਰ ਉਹਦੀ ਕਲਿਆਣ ਕੀਤੀ, ਵੱਡੀ ਅਰਜਾ, ਫਿਰ ਜਨਮ ਹੈ। ਕੀ ਹੋ ਗਿਆ ਫਿਰ? ਇਹਨੇ ਕਈ ਜਨਮ ਧਾਰਦੇ ਫਿਰਦੇ। ਹਰ ਸਿਓ ਸੰਗ ਨਾ ਗਹਿਆ, ਮਹਾਰਾਜ ਦੇ ਨਾਲ ਸੰਗ ਨਹੀਂ ਗ੍ਰਹਿਣ ਕੀਤਾ। ਹਾਂਜੀ, ਹੁਣ ਆਪਾਂ ਛੇਤੀ ਕਰ ਲਈਏ ਥੋੜੀ ਜਿਹੀ। ਹਾਂਜੀ, ਅੱਗੇ ਬੋਲੋ। ਰਾਜ ਲੀਲਾ ਰਾਜਨ ਕੀ ਰਚਨਾ। ਇਹ ਤਾਂ ਅਸੀਂ ਸਾਧਾਂ ਦੀਆਂ ਗੱਲਾਂ ਕਹਿੰਦੇ, ਹੁਣ ਰਾਜ ਨੀਤਕ ਲੋਕ ਨੇ ਜਿਹੜੇ, ਦੇਖੋ ਕਹਿੰਦੇ ਰਾਜ ਕਰਨ ਵਾਲੇ ਬੜੇ ਕੌਤਕ ਕਰਦੇ ਫਿਰਦੇ ਹਨ। ਕਰਿਆ ਹੁਕਮ ਅਫਾਰਾ, ਇਹੋ ਜਿਹਾ ਹੁਕਮ ਕੀਤਾ ਜਿਹੜਾ ਕੋਈ ਪਰਜਾ ਚ ਮੋੜ ਨਾ ਸਕੇ। ਸੇਜ ਸੋਹਣੀ ਚੰਦਨ ਚੋਆ, ਤੇ ਸੋਹਣੀ ਸੇਜਾ, ਸੇਜਾ ਕਹਿੰਦੇ ਜਿਹਦੇ ਮੰਜਾ ਬਿਸਤਰਾ ਸਰਾਣਾ ਰਜਾਈ ਤਲਾਈ ਸਭ ਕੁਝ ਇਕੱਠੇ ਨੂੰ ਸੇਜਾ ਕਹਿੰਦੇ ਆ। ਇਕੱਲੇ ਇਕੱਲੇ ਦੇ ਭਾਈ ਐ ਨਾਮ ਨੇ। ਸੇਜ ਸੋਹਣੀ ਚੰਦਨ ਚੋਆ, ਉਹਦੇ ਦੇ ਚੰਦਨ ਆਦਿ ਖੁਸ਼ਬੂਆਂ ਲਾ ਕੇ ਰੱਖਣੀਆਂ ਰਾਜਾਂ ਦੇ, ਇਹੋ ਜਿਹੇ ਚੋਜ ਫੁੱਲਾਂ ਦੀ ਸੇਜ ਵਿਛਾਉਣੀ, ਸਵਾ ਵਣ ਕੇ ਮਾਲੀ ਰੋਜ਼ ਫੁੱਲ ਵਸਾਵੇ, ਤੇ ਇਸ ਪ੍ਰਕਾਰ ਇਹ ਇਸ ਤਰ੍ਹਾਂ ਦੇ ਚੋਜ ਕਰਦੇ। ਪਰ ਨਰਕ ਘੋਰ ਕਾ ਦੁਆਰਾ, ਭਿਆਨਕ ਜਿਹੜੇ ਨਰਕ ਹੈ ਨਾ, ਉਹਦੇ ਹੀ ਦੁਆਰਾ ਹੈ। ਜਿਹੜੇ ਇੰਨੇ ਸੁੱਖਾਂ ਦੇ ਵਿੱਚ ਭਜਨ ਸਿਮਰਨ ਕਰਨਾ ਨਾ, ਸੁੱਖਾਂ ਦੇ ਵਿੱਚ ਪਾਈ ਰੱਖਣਾ ਸਰੀਰ ਨੂੰ। ਹਰ ਕੀਰਤ ਸਾਧ ਸੰਗਤ ਹੈ, ਇਹ ਮਹਾਰਾਜ ਨੂੰ ਬੇਨਤੀ ਕੀਤੀ ਸੰਗਤ ਨੇ, ਗਰੀਬ ਨਿਵਾਜ, ਇਹ ਗੁਰੂ ਕਿਰਪਾਲੂ ਹੋ ਗਿਆ ਹੈ। ਹਰ ਹਰ ਕੀਰਤਨ ਇਹੋ ਮਨ ਰਾਤਾ, ਤੇ ਉਹਨਾਂ ਦਾ ਮਨ ਹਰੀ ਪਰਮੇਸ਼ਰ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਉਹ ਰਾਤਾ ਰੰਗਿਆ ਗਿਆ। ਹਰ ਹਰ ਨਾਮ ਜਿਹੜਾ ਹਰ ਸਾਰਿਆਂ ਦੇ ਦੁੱਖਾਂ ਨੂੰ ਹਰਨ ਵਾਲਾ ਹੈ, ਉਹਦੇ ਹਰੀ ਨਾਮ ਦੇ ਵਿੱਚ ਉਹ ਰੰਗੇ ਗਏ ਨਾ। ਉਹ ਕੀਰਤਨ ਜਿਹੜਾ ਕੀਰਤਨ ਦੇ ਵਿੱਚ ਫਿਰ ਆਨੰਦ ਮਾਣਦੇ ਆ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇ, ਉਹਦੇ ਵਿੱਚ ਫਿਰ ਉਹ ਰੰਗੇ ਰਹਿੰਦੇ ਆ। ਉਹਨਾਂ ਦਾ ਮਨ ਨਾਮ
ਦੇ ਵਿੱਚ ਰੰਗਿਆ ਗਿਆ, ਕੀਰਤਨ ਚ ਰੰਗਿਆ ਗਿਆ, ਕਥਾ ਵਿੱਚ ਰੰਗਿਆ ਗਿਆ ਹੈ। ਰਹਾਓ ਦੂਜਾ, ਦੂਜਾ ਰਹਾਓ ਆ ਗਿਆ। ਇਹਦਾ ਮਤਲਬ ਹੈ ਵੀ ਦੂਸਰੇ ਰਹਾਓ ਦੇ ਵਿੱਚ ਮਹਾਰਾਜ ਨੇ ਨਿਚੋੜ ਕੱਢਿਆ ਸ਼ਬਦ ਦਾ। ਹੁਣ ਜਿਹੜਾ ਪਹਿਲਾ ਰਹਾਓ ਹੈ, ਵੀ ਪਹਿਲੇ ਰਹਾਓ ਨੂੰ ਭਾਵੇਂ ਰਾਗੀ ਸਿੰਘ ਅਸਥਾਈ ਬਣਾ ਲੈਣ ਤੇ ਭਾਵੇਂ ਇਸ ਨੂੰ ਬਣਾ ਲੈ, ਇਹ ਰਾਗੀਆਂ ਦੀ ਮਰਜ਼ੀ ਹੈ, ਪਰ ਸਿਧਾਂਤ ਇਹਦੇ 'ਚ ਕੱਢਿਆ। ਤੇ ਇਸ ਕਰਕੇ ਦੋ ਰਹਾ ਨਾ, ਤੇ ਜਿਵੇਂ ਸ਼ਬਦ ਹਜ਼ਾਰਾਂ 'ਚ ਪੰਜ ਪੰਜ ਰਹਾ ਵੀ ਆਉਣਗੇ, ਚਾਰ ਚਾਰ ਆਉਂਦੇ ਨੇ ਕਈ ਸ਼ਬਦਾਂ 'ਚ, ਉਹ ਵੈਸ ਰਾਗੀ ਸਿੰਘਾਂ ਦੀ ਸੰਬੋਧਕ ਸ਼ਬਦ ਹੈ, ਤੁਸੀਂ ਜਿਹੜੇ ਨੂੰ ਮਰਜ਼ੀ ਅਸਥਾਈ ਬਣਾ ਲਓ। ਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਭਾਈ ਸਮਾਂ ਵੀ ਅੱਜ ਖੁੱਲ੍ਹਾ ਸੀ ਪਰ ਸ਼ਬਦ ਦੀ ਅੱਜ ਵਿਸਥਾਰ ਵਾਲਾ ਸੀ, ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ। ਬਹੁਤ ਕੁਛ ਛੱਡ ਕੇ ਹੀ ਅਰਥ ਹੋਇਆ ਕਰਦੇ ਨੇ, ਸਾਰੇ ਅਰਥ ਨਹੀਂ ਹੋ ਸਕਦੇ ਕਿਉਂਕਿ ਸਮੇਂ ਦੇ ਅਨੁਸਾਰ, ਨਹੀਂ ਤਾਂ ਇੱਕ ਪੰਕਤੀ ਦੇ ਉੱਤੇ ਸਮਝ ਲਓ ਵੀ ਅੱਧਾ ਪੌਣਾ ਘੰਟਾ ਤਾਂ ਇੱਕ ਪੰਕਤੀ ਦੇ ਉੱਤੇ ਲੱਗ ਜਾਂਦਾ। ਜੇ ਹੁਣ ਯੋਗ ਮਤ ਦੀ ਸਾਰੀ ਪਾਠ ਪੜ੍ਹਿਓ ਔਰ ਵੇਦ ਵਿਚਾਰੇ ਨਵਲ ਭਿਅੰਗ ਮਸਾਧੇ, ਉਹਨੂੰ ਸਾਰੇ ਨੂੰ ਖੋਲ੍ਹਣਾ ਵੀ ਇਹ ਜੀ ਛੇ ਚੱਕਰ ਕਿਹੜੇ ਨੇ, ਮੂਲਾ ਸਥਾਨ ਚੱਕਰ ਹੈ, ਸਵੈ ਸਥਾਨ ਚੱਕਰ ਹੈ, ਨਾਭੀ ਚੱਕਰ ਹੈ, ਅਨਾਹਤ ਚੱਕਰ ਹੈ, ਵਿਸ਼ੁੱਧ ਚੱਕਰ ਹੈ, ਆਗਿਆ ਚੱਕਰ ਹੈ। ਫਿਰ ਤਾਂ ਉਹ ਚੱਕਰਾਂ ਨੂੰ ਖੋਲ੍ਹਣ ਦੇ ਵਿੱਚ ਚੱਕਰ 'ਚ ਪਏ ਰਹਾਂਗੇ। ਉਲਟਤ ਪਵਨ ਚੱਕਰ ਖੱਟ ਭੇਜਦੇ, ਸੁਰਤ ਸੁਣ ਅਨੁਰਾਗੀ, ਇਸ਼ਾਰੇ ਦਿੱਤੇ ਨੇ, ਸਾਰੀਆਂ ਜਾਣਕਾਰੀਆਂ ਦਿੱਤੀਆਂ। ਮਹਾਰਾਜ ਕਿਰਪਾ ਕਰੇ, ਆਓ ਇੱਥੇ ਸਮਾਪਤੀ ਹੈ। ਉਹਨਾਂ ਚੁੱਕਾਂ ਦੀ ਸਤਿਗੁਰੂ ਮਹਾਰਾਜ ਸਾਹਿਬ ਜੀ ਖਿਮਾ ਕਰਨ ਹੈ ਜੀ। ਪਿਛਲੀ ਤੁਕ ਬੋਲਦੇ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗਨ ਪੂਰਨ, ਹੋਏ ਮਾਇਆ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਆਏ ਪ੍ਰਭ ਸਰਣਾਗਤੀ, ਕਿਰਪਾ ਨਿਦ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ ਨਹਾਰ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰ ਨਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।